ਰਕਾ ਤੋ ਇੰਜ ਨਾ ਕਰੋ ਇਹ ਢਿੱਲੀ ਸੁਭਾਨ ਦਾ ਜਿਹਨੂੰ ਤੁਸੀਂ ਮਾਸ਼ਾਅੱਲਾ ਕਹਿ ਰਹੇ ਸੀ ਕੁਰਾਨ ਸੁਣ ਕੇ ਹੈ ਇਹਦੀ ਢਿੱਲੀ ਸੁਭਾਨ ਦਾ ਨਹੀਂ ਕਹਿਣੀ ਅਤੇ ਸਲਾਮ ਦਾ ਜਵਾਬ ਵੀ ਢਿੱਲਾ ਦਿੰਦੇ ਹੋ ਮੁਹੱਬਤ ਨਾਲ ਸਲਾਮ ਦਾ ਜਵਾਬ ਦਿਓ ਕੁਰਾਨ ਪੜ੍ਹਿਆ ਜਾਏ ਸੁਭਾਨ ਅੱਲਾ ਪੜ੍ਹੋ ਕਰੀ ਸਾਹਿਬ ਬਾਰ ਬਾਰ ਨਬੀ ਪਾਕ ਦਾ ਨਾਮ ਲੈ ਰਹੇ ਕੋਈ ਬੰਦਾ ਦਰੂਦ ਨਹੀਂ ਸੀ ਪੜ੍ਹਦਾ ਪਿਆ ਇੰਜ ਜ਼ਿਆਤੀ ਨਾ ਕਰੋ ਮੁਹੱਬਤ ਪਿਆਰ ਨਾ ਬੈਠੋ ਇੱਥੇ ਇਸਲਾਹ ਦਾ ਮੌਕਾ ਹੁੰਦਾ ਅਤੇ ਅਗਰ ਅਸੀਂ ਚੁੱਪ ਕਰਕੇ ਬੈਠੇ ਰਹੇ ਅੱਗੋਂ ਸਿਰ ਨਾ ਹਿਲਾਇਆ ਦੱਸਿਆ ਨਾ ਕਿ ਸਾਨੂੰ ਸਮਝ ਅੰਦਰ ਗੱਲ ਆ ਰਹੀ ਹੈ ਅਤੇ ਫਿਰ ਇੱਥੇ ਬਹਿਣ ਦਾ ਫਾਇਦਾ ਕਿਉਂ ਨਹੀਂ ਕਿਉਂ ਜੀ ਕਰ ਸਕਦੇ ਇਸ ਕਰਕੇ ਹੌਸਲਾ ਅਫਜ਼ਾਈ ਪੂਰੀ ਕਰੋ ਤਵੱਜੋ ਰੱਖਿਆ ਜੇ ਸਾਦੀ ਥੋੜ੍ਹਾ ਥੋੜ੍ਹਾ ਕਰੀਬ ਤਸ਼ਰੀਫ ਲਿਓ ਅੱਗੇ ਆ ਜਾਓ ਅੱਜ ਨਬੀ ਪਾਕ ਨੇ ਫਰਮਾਇਆ ਜਿੰਨਾ ਨਜ਼ਦੀਕ ਹੋ ਕੇ ਬੈਠੋਗੇ ਅੱਲਾਹ ਨਾ ਬਹੁਤਾ ਜਰੋ ਸਵਾਬ ਅਤਾ ਫਰਮਾਏਗਾ ਅੱਜ السلام علیکم ورحمۃ اللہ وبرکاتہ الحمدللہ الذی لم یزل عالما قدیرا قدیرًا حیًا قیومًا سمیعًا بصیرًا أرسله الله بالحق بشيرًا ونذيرًا ودائيًا إلى الله بإذنه وسراجًا منيرًا اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد أما بعد فأعوذ بالله من الشيطان الرجيم بسم الله الرحمن الرحيم وصل عليهم إن صلاتك سكن لهم والله سميع عليم آمنت بالله صدق الله العظيم میرے نبی من ٹھار دیاں کیا باتاں نے آمینہ
ਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਮੇਰੇ ਨਬੀ ਮਨ ਠਾਰ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਉਹ ਚੁੰਮ ਕੇ ਤੇਰੇ ਸੋਹਣੇ ਪੈਰ ਜ਼ਮੀਨੇ ਕਹਿੰਦੀ ਸੀ ਚੁੰਮ ਕੇ ਤੇਰੇ ਸੋਹਣੇ ਪੈਰ ਜ਼ਮੀਨੇ ਕਹਿੰਦੀ ਸੀ ਸੋਹਣਿਆ ਤੇਰੀ ਚਾਲ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਜਿਹਨੂੰ ਜਿਹਨੂੰ ਮੇਰੇ ਆਕਾ ਨਾਲ ਮੁਹੱਬਤ ਏ ਮੇਰੇ ਆਕਾ ਨਾਲ ਪਿਆਰੇ ਇਹ ਜੁਮਲਾ ਮੈਂ ਹੁਣ ਪੜ੍ਹਨਾ ਏ ਮੁਹੱਬਤ ਵਾਲਾ ਬੋਲੇਗਾ ਸੱਚਾ ਪਿਆਰ ਕਰਨ ਵਾਲਾ ਬੋਲੇਗਾ ਤਵੱਜੋ ਰੱਖਿਆ ਜੇ ਹੁਸਨ ਦੇ ਜਲਵੇ ਵੰਡਨ ਵਾਲੇ ਅਮਨ ਠਾਰਾ ਹੁਸਨ ਦੇ ਜਲਵੇ ਬੰਦਨ ਵਾਲੇ ਅਮਨ ਠਾਰਾ ਤੇਰੇ ਹੁਸਨ ਜਮਾਲ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਮੇਰੇ ਨਬੀ ਮਨ ਠਾਰ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਹੁਣ ਜੁਮਲਾ ਆ ਗਿਆ ਮੇਰੇ ਸੋਹਣੇ ਨਬੀ ਦੇ ਸਿਹਾਬਾ ਦੀ ਅਸਮਤ ਹੁਣ ਸਿਹਾਬਾ ਨਾ ਪਿਆਰ ਕਰਨ ਵਾਲਾ ਬੋਲੇਗਾ ਸਿਹਾਬਾ ਨਾ ਮੁਹੱਬਤ ਕਰਨ ਵਾਲਾ ਬੋਲੇਗਾ ਤਵੱਜੋ ਰੱਖਿਆ ਜੇ ਹੋ ਰੱਬੀ ਤੇਰੇ ਮੁਹਿੱਬ ਨੇ ਮੇਰਿਆ ਮਹਿਬੂਬਾ ਹੋਰ ਵੀ ਤੇਰੇ ਮੁਹਿੱਬ ਨੇ ਮੇਰਿਆ ਮਹਿਬੂਬਾ ਤੇਰੇ ਯਾਰ ਬਿਲਾਲ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਮੇਰੇ ਨਬੀ ਮਨ ਠਾਰ ਦੀਆਂ ਕਿਆ ਬਾਤਾਂ ਨੇ ਆਮੀਨਾ ਪਾਕ ਦੇ ਲਾਲ ਦੀਆਂ ਕਿਆ ਬਾਤਾਂ ਨੇ ਹਰ ਕਿਸਮ ਦੀ ਹਮਦੋ ਸਨਾ ਅੱਲਾ ਸੁਬਹਾਨਹੁ ਵਤਾਲਾ ਦੀ ਜ਼ਾਤ ਅਕਦਸ ਵਾਸਤੇ ਜੋ ਸਾਰੀ ਕਾਇਨਾਤ ਦਾ ਮਾਲਕ ਵੀ ਹੈ ਖਾਲਕ ਵੀ ਹੈ ਦਾਤਾ ਵੀ ਹੈ ਰਾਜ਼ਕ ਵੀ ਹੈ ਅਲਾ ਕੁੱਲੀ ਕਦੀਰ ਵੀ ਹੈ ਫਆਲੁ ਲਿਮਾ ਯੁਰੀਦ ਵੀ ਹੈ ਵਨਾਹਨ ਜਨਾਬੇ ਮੁਹੰਮਦ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਆਲਿਹਿ ਵਸੱਲਮ ਦੀ ਜ਼ਾਤ ਅਕਦਸ ਦੀ ਹੋਣ ਮੇਰੇ ਅਜ਼ੀਜ਼ ਦੋਸਤ ਬਜ਼ੁਰਗੋ ਅੱਲਾ ਸੁਬਹਾਨਹੁ ਵਤਾਲਾ ਦਾ ਫਜ਼ਲ ਕਰਮ ਹੈ ਕਿ ਅੱਲਾ ਪਾਕ ਨੇ ਇਸ ਗਹਿ ਗੁਜ਼ਰੇ ਦੌਰ ਅੰਦਰ ਸਾਨੂੰ ਆਪਣੇ ਪਾਕ ਔਰ ਮੁਕੱਦਸ ਘਰ ਅੰਦਰ ਆਉਣ ਦੀ ਬੈਠਣ ਦੀ ਕੁਰਾਨ ਓ ਹਦੀਸ ਦੀ ਗੁਫ਼ਤਗੂ ਸੁਣ ਔਰ ਸੁਨਾਮ ਦੀ ਤੋਫੀਕ ਅਤਾ ਫਰਮਾਈਏ ਦੁਆ ਕਰੋ ਇਸ ਮੁਕਾਮ 'ਤੇ ਮਿਲ ਬੈਠਣਾ ਸੋਹਣਾ ਅੱਲਾ ਆਪਣੀ ਬਾਰਗਾਹ ਅੰਦਰ ਕਬੂਲੋ ਮਨਜ਼ੂਰ ਫਰਮਾਏ ਔਰ ਜੋ ਕੁਛ ਮੈਂ ਬਿਆਨ ਕਰਾਂ ਅੱਲਾ ਮੇਰੇ ਸਮੇਤ ਸਾਨੂੰ ਸਾਰਿਆਂ ਨੂੰ ਉਹਦੇ 'ਤੇ ਅਮਲ ਦੀ ਤੋਫੀਕ ਅਤਾ ਫਰਮਾਏ ਵੈਸੇ ਇਤਫਾਕ ਬੜਾ ਹੈ ਮੈਂ ਇਸ਼ਾਰਾ ਕਰਾਂ ਅਤੇ ਫਿਰ ਹੀ ਆਮੀਨ ਕਹਿੰਦੇ ਸੁਭਾਨ ਅੱਲਾਹ ਕਹਿੰਦੇ ਵੈਸੇ ਨਹੀਂ ਬੋਲਦੇ ਅੱਲਾਹ ਤੁਹਾਡੇ 'ਤੇ ਰਹਿਮਤ ਫਰਮਾਏ ਪਹਿਲੀ ਮਰਤਬਾ ਤੁਹਾਡੀ ਇਸ ਮਸਜਿਦ ਦੇ ਅੰਦਰ ਅੱਲਾਹ ਪਾਕ ਨੇ ਹਾਜ਼ਰੀ ਦਾ ਮੌਕਾ ਨਸੀਬ ਫਰਮਾਏ ਮੇਰੇ ਕਾਬਲੇ ਇਹਤਰਾਮ ਕਾਬਲੇ ਇੱਜ਼ਤ ਚਾਚਾ ਜੀ ਇਮਤਿਆਜ਼ ਸਾਹਿਬ ਹਾਫਿਜ਼ਾਹੁਲਾਹੁ ਤਾਲਾ ਉਹਨਾਂ ਦੀ ਮੁਹੱਬਤ ਔਰ ਪਿਆਰ ਦੀ ਵਜ੍ਹਾ ਤੋਂ ਅੱਜ ਹਾਜ਼ਰੀ ਦਾ ਮੌਕਾ ਨਸੀਬ ਹੋਇਆ ਮੈਂ ਦੁਆ ਕਰਨਾ ਬੜਾ ਅੱਛਾ ਖਾਣਾ ਖਿਲਾਇਆ ਬੜਾ ਖਲੂਸ ਔਰ ਮੁਹੱਬਤ ਪਿਆਰ ਯਕੀਨ ਜਾਣੋ ਦਿਲੋਂ ਦੁਆਵਾਂ ਨਿਕਲ ਰਹੀਆਂ ਸੀ ਇੰਨਾ ਖਲੂਸ ਇੰਨੀ ਇੱਜ਼ਤ ਇੰਨਾ ਅਖਲਾਕ ਆਲਾ ਮੈਂ ਦੁਆ ਕਰਨਾ ਅੱਲਾ ਪਾਕ ਦੀਨੀ ਖਿਦਮਾਤ ਆਪਣੀ ਬਾਰਗਾਹ ਅੰਦਰ ਕਬੂਲੋ ਮਨਜ਼ੂਰ ਫਰਮਾਏ ਮੇਰੇ ਅਜ਼ੀਜ਼ ਦੋਸਤ ਬਜ਼ੁਰਗੋ ਬਾਈ ਅਸ਼ਫਾਕ ਇਸਲਾਮਿਕ ਸੈਂਟਰ ਸਾਹੀਵਾਲ ਤੋਂ ਤਸ਼ਰੀਫ ਲੈ ਕੇ ਆਏ ਨੇ ਉਹਨਾਂ ਨੇ ਹੁਕਮ ਕੀਤਾ ਹੈ ਅਤੇ ਇਹ ਤੁਹਾਡੇ ਕੋਲ ਇਨਸ਼ਾਅੱਲਾ ਮੈਂ ਬਿਆਨ ਕਰਨ ਵਾਸਤੇ ਪਹੁੰਚ ਆਇਆ ਵਾਂ ਮੇਰੇ ਅਸੀਂ ਦੋਸਤ ਬਜ਼ੁਰਗੋ ਮੇਰੇ ਆਉਣ ਦਾ ਮਕਸਦ ਇਹ ਵੇ
कि कुछ ना कुछ अपनी इसलाह हो जाए, तुहाडी इसलाह हो जाए, कुरानो हदीस दियां गल्लां हो जान, समझियां जान। अगर असी कुरानो हदीस दियां गल्लां बस सुनन तक रखियां, समझियां ना, तो साढ़े आन का मकसद पूरा नहीं होएगा। साहिवाल तो लंबा सफर करके मैं आया, मेरे आन का मकसद है। तुसी नींद छड़ के अल्लाह के घर अंदर बैठे हो, तुहाडे भी आन का मकसद है। अगर बयान तो बाद कुछ हासिल ना होया तो फिर मेरे अजीज दोस्त अब्दुल को इत्थे बैठन दा फायदा कोई नहीं। इंशाल्लाह मैं कोशिश करांगा कोई ना कोई गल मैं तुहाडे ज़हन अंदर बिठा के जावां, कोई ना कोई ऐसी अमल दी गल मैं तुहानू दस के जावां। तुसी रहिंदी दुनिया तक अल्लाहु अकबर कबीरा, जदों तक तुहाडी जिंदगी है तुसी अमल करदे रहो, मेरे वास्ते अल्लाह ज़रिया नजात बना छड़े। ते मैं दुआ करना जिन्हां साथियों ने इस मस्जिद वास्ते जगह दिती है, मेरे अजीज दोस्त अब्दुरगो हुण तावन करके नमाजा पढ़ के इस अल्लाह के घर नूं आबाद कर रहे ने। मैं कल्ले कल्ले दा नाम ते नहीं जानता, लेकिन जिस अल्लाह वास्ते तुसीं तावन करदे हो, जिस अल्लाह वास्ते तुसीं नमाजा पढ़ते हो, अल्लाह तुहाडे नामां नूं जरूर जानदा, इंशाल्लाह अजर भी देगा। मेरे अजीज दोस्त अब्दुल को तवज्जो मेरी तरफ रखे आ जे, इंसान हर वक्त अपने अल्लाह दे हुजूर अपने वास्ते दुआ करता रहिंदा। क्यों तुसी भी करदे हो? अब बोलो ते सही आ, करदे हो दुआ? मुहब्बत ना कहो ना फिर करदे हो? सारे साथी दुआ करदे ने, दुआ करो अल्लाह दुआ करन दी तौफीक अता फरमाए। मेरे अजीज दोस्त अब्दुल को बंदा फजर वेले, जोर वेले, असर वेले, खुशी दे वक्त, गमी दे वक्त, हर वक्त अल्लाह दे हुजूर दुआ करदा है। दुआवां करन दे बावजूद हाजियां नूं कहिंदा, नमाजियां नूं कहिंदा, यार मेरे हाकम दर दुआ करिया जे। अगर कोई बंदा बैतुल्ला की जियारत करन जा रहा होए, ये कहिंदा यार तू उत्थे जा रहा जिथे अल्लाह अपने बंदियां दियां दुआवां रद्द नहीं करदा, मेरे हक अंदर दुआ करी, उथे जाके मेरे हक अंदर दुआ करी। कई ते दुआ दे एने मुंतजर हुंदे ने, अगर ओना नू पता चल जाए फलां वक्त अंदर अल्लाह अपने बंदियां दियां दुआवां रद्द नहीं करदा, ये बंदा उस वक्त भी उठ पैंदा, अपनी नींद नू छड़ दिंदा, बिस्तर नू छड़ दिंदा, अल्लाह दे हुजूर दुआवां करन वास्ते तैयार हो जांदा। अगर किसी नू ये पता चल जाए फलां जगह ते एक अल्लाह दा वली रहिंदा, ओदे कोलों दुआ करवाई, अल्लाह दी दुआ रद्द नहीं करदा। असी मुशक्कत उठा के, पैसा लगा के, अपने काम कार नूं छट के उस जगह ते पहुंच जाने आ, यार ओदे कोलो दुआ करवाइए, अल्लाह दी दुआ रद्द नहीं करदा। मेरे अजीज दोस्त अब्दुल को कोई माम दी खिदमत करके दुआ ले रहे है, कोई बाप दी खिदमत करके दुआ ले रहे है, कोई आलमे दीना दी खिदमत करके, कोई कारियां दी खिदमत करके, कोई सफेद दाढ़ी वाले बुजुर्गों की कदर करके दुआ ले रहे है। ये दुआ करवाना अपनी जगह ते असमत वाली, शान वाली, बरकत वाली बात दे। मेरे अजीज दोस्त अब्दुल को उस बंदे दी असमत दे क्या कहने, जिदे वास्ते नबियां दे इमाम हबीबे किबरिया जनाब मुहम्मद रसूलुल्लाह सल्लल्लाहु अलैहि व आलिहि वसल्लम दुआ करन, दसो उस बंदे दी किस्मत दा को मुकाबला कर सकदे? मैं किनियां गल्लां तुहाडे सामने करनियां, चार गल्लां, किनियां गल्लां बोलो ते सही है, फिर बोलो। तुहानू तां बुला रहा, मैनू पता लगता रहे तुहानू समझ आ रही, नहीं तो आ जिहड़ा दौर चलता पिया ना, जिहड़ा टाइम आया खड़ा वा, हर बंदा 100% दिल का मरीज है। ते ओ ना मैं बयान करता रहा ते कोई बंदा भुगतिया पिया वे है, ते मैं तुहानू कहना सुभान अल्लाह को मेरी गल का जवाब दे, पता लगे सारे जागते बैठे ने, सारे जागदे बैठे ने। इस वास्ते गल समझन की कोशिश करो, मैं चार गल्लां दसण ने अपने मौजू दे मुताबिक। पहली गल, नबी पाक ने अपनी दुआ अंदर उम्मत दे बारे मंगिया की है। दूसरी गल, नबी पाक नू उम्मत दे बारे फिकर किन्नी सी। तीसरी गल, नबी पाक दी दुआ दी बरकत की है। ते चौथी गल के केड़े ऐसे काम ने जिहड़े कर ले जाणते नबी पाक दी दुआ नसीब हो जाएगी। दुआ करो अल्लाह अमल दी तौफीक अता फरमाए। अल्लाह रब्बुल आलमीन ऐलान फरमांदे ने, दुनिया दे अंदर बसे वाले लोगो, नबी पाक अलैहि सलातो सलाम दे सीने पाक ते अल्लाह रब्बुल आलमीन ने कुरान पाक नूं नाज़िल फरमाया, आवाज़ आंदी है, वसल्ली अलैहिम इन सलातक सकनुल्लाहुम वल्लाहु समीउन अलीम।
اللہ رب العالمین اعلان فرماندے نے اے میرے محبوب پیغمبر امام الانبیاء حبیب کبریا والیے بتہا بدر دوجا شمس زہا خیر الورا جناب محمد رسول اللہ صلی اللہ علیہ وآلہ وسلم نبی پاک علیہ الصلوۃ والسلام دا نامے نامی اسم گرامی آوے آمینہ دے لال دی ذات محبت نال پیار نال ادب نال ذوق نال شوق نال درود پڑھنا ہے اگر سونے نبی دی ذات تے درود پڑھو گے اللہ تہاڈی عزت اندر برکت کرے گا اللہ تہاڈی شان اندر برکت کرے گا اللہ تہاڈے گھر اندر برکت کرے گا دنیا دے اندر بسے والے لوگو نبی پاک علیہ الصلوۃ والسلام نے اپنی دعا اندر منگیا کیے میرے اللہ اکبر موجودہ پہلا جو سنیا جے پہلا حصہ سنیا جے نبی پاک نے اپنی دعا دے اندر امت دے حق اندر رحمت منگیے اللہ سونے اب میری امت تے اپنی رحمت تے برکات دا نزول کر دے مسلمانوں میں تانوں اس نبی نہ ملاقات کرانا چاہنا ماں جس نبی نو اللہ نے ساری کائنات دا باپ بنایا وے سیدنا حضرت آدم علیہ السلام مسلمانوں توجہ میری طرف رکھے آ دے سیدنا حضرت آدم علیہ السلام اللہ دے درے دولت تے کھڑے نے اللہ نو کہہ رہے نے ربانا ظلمنا انفسنا و علم تغفر لنا و ترحمنا و ترحمنا لنکونن من الخاسرین حضرت آدم علیہ الصلوۃ والسلام کہندے نے اللہ سنیا اگر میرے تے رحمت نہ کیتی اللہ میں خسارہ پان والیاں وچوں ہو جاواں گا اللہ میں کٹا پان والیاں وچوں ہو جاواں گا دنیا دے اندر بسم لوگو حضرت نو علیہ الصلوۃ والسلام اللہ دے درے دولت تے کھڑے نے اللہ نو کہہ رہے نے ربی انی اعوذ بکا ان اسالک ما لیس لی بہ علم و الا تغفر لی و ترحم اکم من الخاسرین اللہ سنیا میرے تے رحمت نہ کیتی اللہ میرے سوا ہو جاواں گا اللہ میرے تے رحمت نہ کیتی میں خسارہ پان والے بچ ہو جاواں گا مسلمانوں پتہ چل گیا وے گل اختصار نال بیان کر دواں حضرت آدم علیہ الصلوۃ والسلام تو لے کے نبیاں دے امام تک ہر نبی نے اللہ پاک دے کولوں اللہ دی رحمت دا سوال کیتا ہے اللہ سنیا رحمتاں دا نزول کر دے تے نبی پاک علیہ الصلوۃ والسلام نے بھی اپنی امت دے حق اندر رحمت رحمت برکات دا سوال کیتا ہے اللہ دی رحمت کنی عظیم چیز ہے مسلمانوں توجہ میری طرف رکھے آجے نبی پاک علیہ الصلوۃ والسلام نے فرمایا وے قیامت والا دن ہوئے گا ایک بندہ اللہ دی عدالت اندر پیش کیتا جائے گا او دے گناہ بھی تولے جان گے نیکیاں بھی تولیاں جان گیاں او دا اعمال نامہ جدو چیک کیتا جائے گا انہیں پوری زندگی اندر کدے گناہ نہیں کیتا ہوئے گا کدے غلطی نہیں کیتی ہوئے گی اللہ فرمان گے او میرے بندے جا میری رحمت نہ میری جنت چ چلا جا اے بندہ کہے گا اللہ سنیا میں ساری زندگی گناہ نہیں کیتے میں ساری زندگی غلطیاں نہیں کیتیاں اللہ سنیا میں تیری رحمت نہ جنت چ نہیں جانا بلکہ اپنے عملاں دی وجہ تو جنت چ جاواں گا میں اپنے عملاں دے آسرے تے جنت چ جاواں گا اللہ فرمان گے میزان لگایا جاوے ان کر کے ترازو لگایا جائے گا ایک پلڑے اندر ساری زندگی دیاں نیکیاں رکھیاں جان گیاں دوسرے پلڑے اندر ایدی آنکھ دا ایک ڈیلا رکھیا جائے گا مسلمانوں جدو وسن کیتا جائے گا ایدی آنکھ والا پلڑا بھاری ہو جائے گا اے بندہ فوراً بول کے آکھے گا اللہ سونے آم اللہ سونے آ میں تیری رحمت نہ جنت چ جانا ہے اپنے عملاں دی وجہ تو جنت چ نہیں جانا اللہ پاک دے تے ایک مرتبہ رحمت فرمان گے اپنی برکتاں والی جنت دا داخلہ عطا کر چھڈن گے جس سنت دے بارے اللہ نے آکھے ان للمتقین مفازا مسلمانوں توجہ میری طرف رکھے آ دے ایک مرتبہ اللہ پاک رحمت فرمان گے اس بندے نو جنت دا داخلہ عطا کر چھڈن گے اینی عظیم رحمت اللہ دی
नबी पाक ने तेरे ते मेरे हकम दर मंगीए। मुसलमानों मैं पहली गल बयान कर चुके आवां, नबी पाक अलैहि सलातो सलाम ने अपनी उम्मत दे हकम दर तेरे ते मेरे बारे अल्लाह दे हुजूर रहमत दा सवाल कीता है। हुण दूसरी गल सुने आ जे, मुसलमानों नबी पाक नूं अपनी उम्मत दे बारे किन्ना फिक्र सी। कुरान तो बाद मुकाम सही बुखारी दा, सही बुखारी तो बाद मुकाम सही मुस्लिम दा। मैं सही मुस्लिम दी रवायत पढ़ना चाहना वा। नबी पाक अलैहि सलातो सलाम ते एक दिन इंज दा आ गया, मेरे पैगंबर परेशान ने, नबी पाक दियां अखां बरसी जा रही ने, नबी पाक जारो कितार होई जा रहे ने। आसमाना तो अल्लाह पाक ने भेजी है सैयदना जिब्राईल अलैहि सलातो सलाम नू, ऐ मेरे प्यारे जिब्राईल जल्दी जमीन ते चला जा, जाके मेरे सोने नबी नू कह दे, सोने तुसी क्यों परेशान हो, तुहाडियां क्यों अखां बरसी जा रही ने। सैयदना हजरत जिब्राईल अलैहि सलातो सलाम आए ने, आके कहिंदे ने, सोने रब दा सलाम ते दूजा रब दा पैगाम। मुसलमानों जरा तवज्जो मेरी तरफ रखिया जे, कसमे खुदा दी जिंदगी अंदर शायद पहली बार इंज दा स्पीकर मिलिया होवे, लेकिन तुहाडा प्यार वेखे आवे, तुहाडी मुहब्बत वेखीए मेरा दिल करदा है। अज मैं कुरान हदीस दियां चंद गल्लां तुहाडे नाल कर लवां, मेरी गल दा गुस्सा भी ना करिया जे, ए मुहब्बत दियां गल्लां विच हो ही जांदियां ने। तवज्जो मेरी तरफ रखिया जे, मुसलमानों कई नाम देख नबी दा कलमा पढ़न वाले हो, सोने नबी दा कलमा पढ़न वाले हो। सैयदना जिब्राईल अलैहि सलातो सलाम आए ने, आके कहिंदे ने, सोने रब दा सलाम ए दूजा रब दा पैगाम। अल्लाह कह रहे आवे, तुसी क्यों परेशान हो, तुहाडियां क्यों अखां बरसी जा रही ने। नबी पाक अलैहि सलातो सलाम ने फरमाया, ए आने वाले आओ, ए प्यारे जिब्राईल, मैं इस वास्ते परेशान हूं, कयामत वाला दिन होएगा, उथे बड़े बड़े नबी आणगे, बड़े बड़े नबियां दियां उम्मतां आणगियां। मुसलमानों तवज्जो मेरी तरफ रखी आ जे, अज मैं ये भी दसना चाहना वा, नबी पाक ने तेरे ते मेरे नाल किनियां वफावां कीतियां ने, असी अपने सोने नबी नाल किनियां जफावां कीतियां ने। नबी पाक अलैहि सलातो सलाम ने फरमाया, वे कयामत वाला दिन होएगा, 50,000 साल का दिन होएगा, किसे बंदे का पसीना गिटियां तक होएगा, किसे दा गोडियां तक होएगा, किसे दा कमर तक होएगा, किसे दा कंधियां तक होएगा। कई बंदे ऐसे भी होणगे जिहड़े पसीने अंदर तैरदे होणगे, अपने पसीने अंदर डुबदे पे होणगे। इन्ना मुश्किल वक्त होएगा, अल्लाह पाक नूं इन्ना गुस्सा होएगा, अज तिकर कदे अल्लाह नूं इन्ना गुस्सा नहीं आया जिन्ना कयामत वाले दिन होएगा। उत्थे बड़े बड़े नबी आणगे, बड़े बड़े नबिया दिया उमता आणगियां, हर बंदा करेगा रब्बी नफसी, हर नबी करेगा रब्बी नफसी, हर वली करेगा रब्बी नफसी, हर ताबी करेगा रब्बी नफसी, हर तबा तबईन करेगा रब्बी नफसी, हर अल्लाह दा वली करेगा रब्बी नफसी। हर बंदे की जुबान ते इको जुमला होएगा, रब्बी नफसी, रब्बी नफसी, अल्लाह मेरी जान बचा ले, अल्लाह तियां भी लै लै, अल्लाह पुत्र भी लै लै, वह साहिबती ही आखी व फसीलती हिलती तो भी, अल्लाह सोनिया मेरे सज्जन भी लै लै, अल्लाह मेरे यार भी लै लै, अल्लाह मेरिया फुल्लां वर्गियां धियां भी लै लै, अल्लाह मेरे पुत्र भी लै लै, लेकिन एक मेरी जान बचा लै। मुसलमानों तवज्जो मेरी तरफ रखे आ जे, नबी पाक ने फरमाया, इन्ने मुश्किल वक्त अंदर मेरी सोनी उम्मत का की बनेगा, मेरी प्यारी उम्मत का की बनेगा, मेरी लाडली उम्मत का की बनेगा। हजरत जिब्राईल अल्लाह की अदालत अंदर गए ने, सोने रब्बा तेरा नबी ते उम्मत दा गम लैके बैठाए, उम्मत दी परेशानी लैके बैठावे। ओ मुसलमानों तवज्जो फरमाया दे, नबी पाक ने तेरे मेरे नाल किनियां वफावां कीतियां ने। मुसलमानों शेबे अबी तालब दी घाटी अंदर मेरा पैगंबर बंद रहा वे, लेकिन अपनी फिर भी अपनी दुआ अंदर कहिंदा रहा, अल्लाह सोनिया उम्मती उम्मती, मेरी उम्मत नूं माफ कर दे। खुशी अंदर भी मेरे पैगंबर ने दुआवां कीतियां, गमी अंदर भी दुआवां कीतियां, गारां अंदर जाके भी दुआवां कीतियां, मुसलियां ते भी दुआवां कीतियां। अज तेरे ते उत्ते शादी दा मौका आ जावे, खुशी दा मौका आ जावे, तू कहिंदे ऐ मैं रस्म करनी है, अगर मैं रस्म ना कीती मेरे रिश्तेदार नाराज हो जाणगे, मेरे सज्जन
ਤੇ ਯਾਰ ਨਾਰਾਜ਼ ਹੋ ਜਾਣਗੇ, ਮੇਰੇ ਭਾਈ ਨਾਰਾਜ਼ ਹੋ ਜਾਣਗੇ। ਉਹ ਮੁਸਲਮਾਨੋ, ਅਸੀਂ ਆਪਣੇ ਖੁਸ਼ੀ ਦੇ ਮੌਕੇ ਤੇ ਸੋਹਣੇ ਨਬੀ ਦੀ ਸੁਨਤ ਦਾ ਹਯਾ ਨਹੀਂ ਕਰਦੇ। ਕਿਆਮਤ ਵਾਲਾ ਦਿਨ ਹੋਏਗਾ, ਅੱਲਾ ਦੀ ਅਦਾਲਤ ਅੰਦਰ ਕਿਹੜਾ ਮੁਖੜਾ ਲੈ ਕੇ ਜਾਓਗੇ? ਮੇਰੇ ਮਹਿਬੂਬ ਪੈਗੰਬਰ ਅਲੈਹਿਸ ਸਲਾਤੁਸ ਸਲਾਮ ਨੇ ਇਹ ਨਹੀਂ ਗੱਲ ਕਹੀਏ। ਹਜ਼ਰਤ ਜਿਬਰਾਇਲ ਅੱਲਾ ਦੀ ਅਦਾਲਤ ਅੰਦਰ ਗਏ ਨੇ, ਜਾ ਕੇ ਕਹਿੰਦੇ ਨੇ, ਸੋਹਣਿਆ ਰੱਬਾ, ਤੇਰਾ ਨਬੀ ਤੇ ਉਮਤ ਦਾ ਗਮ ਲੈ ਕੇ ਬੈਠਾ, ਉਮਤ ਦੀ ਪਰੇਸ਼ਾਨੀ ਲੈ ਕੇ ਬੈਠਾ ਵੇ। ਅੱਲਾ ਪਾਕ ਨੇ ਆਖਿਆ, ਐ ਮੇਰੇ ਪਿਆਰੇ ਜਿਬਰਾਇਲ, ਜਲਦੀ ਜ਼ਮੀਨ ਤੇ ਵਾਪਸ ਚਲਾ ਜਾ, ਜਾ ਕੇ ਮੇਰੇ ਸੋਹਣੇ ਨਬੀ ਨੂੰ ਕਹਿ ਦੇ, ਸੋਹਣਿਆ ਪਰੇਸ਼ਾਨ ਨਾ ਹੋ, ਗਮ ਜ਼ਦਾ ਨਾ ਹੋ, ਮੈਂ ਤੇਰੇ ਨਾਲ ਇੰਨਾ ਪਿਆਰ ਕਰਨਾ ਵਾਂ, ਮੈਂ ਤੇਰੇ ਨਾਲ ਇੰਨੀ ਮੁਹੱਬਤ ਕਰਨਾ ਵਾਂ, ਤੇਰਾ ਰੋਣਾ ਮੇਰੇ ਕੋ ਬਰਦਾਸ਼ਤ ਨਹੀਂ ਹੋ ਰਿਹਾ। ਕਿਆਮਤ ਵਾਲਾ ਦਿਨ ਹੋਏਗਾ ਸੋਹਣਿਆ, ਜਿੱਥੇ ਕਿਸੇ ਨਬੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੋਏਗੀ, ਕਿਸੇ ਬਲੀ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੋਏਗੀ। ਹਰ ਨਬੀ ਕੰਮ ਦਾ ਹੋਏਗਾ, ਹਰ ਬਲੀ ਕੰਮ ਦਾ ਹੋਏਗਾ, ਜੇ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੋਏਗੀ। ਸੋਹਣਿਆ ਉਸ ਇੰਨੇ ਮੁਸ਼ਕਲ ਵਕਤ ਅੰਦਰ ਤੂੰ ਜਿਵੇਂ ਕਹਿੰਦਾ ਜਾਏਗਾ, ਮੈਂ ਤੇਰੀ ਉਮਤ ਦੇ ਬਾਰੇ ਉਂਝੀ ਕਰਦਾ ਜਾਵਾਂਗਾ। ਇੰਨਾ ਪਿਆਰ, ਇੰਨੀ ਮੁਹੱਬਤ, ਇੰਨਾ ਪਿਆਰ ਅੱਲਾ ਪਾਕ ਨੇ ਆਪਣੇ ਸੋਹਣੇ ਨਬੀ ਨਾਲ ਕੀਤਾ। ਐ ਮੇਰੇ ਸੋਹਣੇ ਨਬੀ ਜੀ, ਪਰੇਸ਼ਾਨ ਕਿਉਂ ਨੇ, ਗਮ ਜ਼ਦਾ ਕਿਉਂ ਏ? ਮੈਂ ਤੇਰੇ ਨਾਲ ਪਿਆਰ ਹੀ ਇੰਨਾ ਕਰਨਾ, ਮੁਹੱਬਤ ਹੀ ਇੰਨੀ ਕਰਨਾ, ਤੂੰ ਜਿਵੇਂ ਕਹਿੰਦਾ ਜਾਏਗਾ ਮੈਂ ਉਂਝੀ ਕਰਦਾ ਜਾਵਾਂ। ਓ ਰੱਬਾ ਤੇਰਾ ਨਬੀ ਨਾਲ ਪਿਆਰ ਵੇਖਿਆ, ਸਭ ਨਾਲੋਂ ਸੋਹਣਾ ਤੇਰਾ ਯਾਰ ਵੇਖਿਆ। ਨਾ ਸੁਣ ਲੈਂਦੇ ਪੱਕੀ ਗੱਲ, ਫਿਰ ਮੁਹੱਬਤ ਨਾ ਕਹੋ ਸੁਭਾਨ। ਅੱਜ ਅੱਧੀ ਤਕਰੀਰ ਤੁਸੀਂ ਕਰਨੀ, ਅੱਧੀ ਮੈਂ ਕਰਨੀ। ਰੱਬਾ ਤੇਰਾ ਨਬੀ ਨਾਲ ਪਿਆਰ ਵੇਖਿਆ, ਸਭ ਨਾਲੋਂ ਸੋਹਣਾ ਤੇਰਾ ਯਾਰ ਵੇਖਿਆ। ਜ਼ਿਕਰ ਕੀ ਕਰਾਇਓ ਤੇ ਹੁਸਨ ਜਮਾਲ ਦਾ, ਜਗ ਤੇ ਨਿਸ਼ਾਨੀ ਕੋਈ ਆਮਿਨਾ ਦੇ ਲਾਲ ਦਾ, ਜਗ ਸਾਰਾ ਉਹਦਾ ਤਾਬੇਦਾਰ ਵੇਖਿਆ ਏ। ਰੱਬਾ ਤੇਰਾ ਨਬੀ ਨਾਲ ਪਿਆਰ ਵੇਖਿਆ, ਅੰਮਾ ਆਇਸ਼ਾ ਦਾ ਹੁਜਰਾ ਤੇ ਜੰਨਤ ਦਾ ਟੁਕੜਾ, ਉਸ ਟੁਕੜੇ ਵਿੱਚ ਵਜ਼ੂਹਾਂ ਵਾਲਾ ਮੁਖੜਾ, ਯਾਰਾਂ ਨਾਲ ਸੁੱਤਾ ਉੱਥੇ ਯਾਰ ਵੇਖਿਆ, ਯਾਰਾਂ ਨਾਲ ਸੁੱਤਾ ਉੱਥੇ ਯਾਰ ਵੇਖਿਆ। ਰੱਬਾ ਤੇਰਾ ਨਬੀ ਨਾਲ ਪਿਆਰ ਵੇਖਿਆ, ਰੱਬਾ ਤੇਰਾ ਨਬੀ ਨਾਲ ਪਿਆਰ ਵੇਖਿਆ, ਸਭ ਨਾਲੋਂ ਸੋਹਣਾ ਤੇਰਾ ਯਾਰ ਵੇਖਿਆ। ਉਮਤ ਨੂੰ ਪਰੇਸ਼ਾਨੀ ਬਣੀ ਤੇ ਨਬੀ ਪਾਕ ਫਿਕਰਮੰਦ ਹੋ ਗਏ, ਜੇ ਨਬੀ ਪਾਕ ਪਰੇਸ਼ਾਨ ਹੋਏ ਤੇ ਕਾਇਨਾਤ ਦਾ ਰੱਬ ਫਿਕਰਮੰਦ ਹੋ ਗਿਆ, ਤੇ ਅੱਲਾ ਨੇ ਆਰਡਰ ਕੀ ਦਿੱਤਾ, ਐ ਮੇਰੇ ਸੋਹਣੇ ਨਬੀ ਜੀ, ਕਿਉਂ ਗਮਜ਼ਦਾ ਏ, ਕਿਉਂ ਪਰੇਸ਼ਾਨ ਏ? ਮੈਂ ਤੇਰੇ ਨਾਲ ਪਿਆਰ ਹੀ ਇੰਨਾ ਕਰਨਾ, ਮੈਂ ਤੇਰੇ ਨਾਲ ਮੁਹੱਬਤ ਹੀ ਇੰਨੀ ਕਰਨਾ, ਕਿਆਮਤ ਵਾਲਾ ਦਿਨ ਹੋਏਗਾ, ਐ ਮੇਰੇ ਸੋਹਣੇ ਨਬੀ ਜੀ, ਜਿੱਥੇ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੋਏਗੀ, ਤੂੰ ਜਿਵੇਂ ਕਹਿੰਦਾ ਜਾਏਗਾ ਮੈਂ ਤੇਰੀ ਉਮਤ ਦੇ ਬਾਰੇ ਉਂਝੀ ਕਰਦਾ ਜਾਵਾਂ। ਦੁਆ ਕਰੋ ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਆਓ ਲੋਕੋ, ਜ਼ਰਾ ਤਵੱਜੋ ਫਰਮਾਇਆ ਜੇ, ਦੁਨੀਆਂ ਦੇ ਅੰਦਰ ਬਸੇ ਵਾਲੇ ਲੋਕੋ, ਮੈਂ ਦੋ ਗੱਲਾਂ ਬਿਆਨ ਕਰ ਚੁੱਕਿਆ ਵਾਂ। ਨਬੀ ਪਾਕ ਨੇ ਆਪਣੀ ਦੁਆ ਅੰਦਰ ਮੰਗਿਆ ਕੀ ਏ, ਮੇਰੇ ਸੋਹਣੇ ਨਬੀ ਨੂੰ ਆਪਣੀ ਉਮਤ ਦੇ ਬਾਰੇ ਕਿੰਨੀ ਫਿਕਰ ਸੀ। ਹੁਣ ਤੀਸਰੀ ਗੱਲ ਸੁਣਿਆ ਜੇ, ਨਬੀ ਪਾਕ ਅਲੈਹਿਸ ਸਲਾਮ ਦੀ ਦੁਆ ਅੰਦਰ ਕਿੰਨੀ ਬਰਕਤ ਏ। ਜਿਹੜਾ ਜਿਹੜਾ ਬੰਦਾ ਮੇਰੇ ਸੋਹਣੇ ਨਬੀ ਦੀ ਦੁਆ ਦਾ ਮੁਸਹਿਕ ਬਣ ਗਿਆ ਵੇ, ਅੱਲਾ ਨੇ ਅਸਮਤਾਂ ਅਤਾ ਕਰ ਛੱਡੀਆਂ ਨੇ, ਅੱਲਾ ਨੇ ਸ਼ਾਨਾਂ ਅਤਾ ਕਰ ਛੱਡੀਆਂ ਨੇ। ਮੁਸਲਮਾਨੋ, ਤਵੱਜੋ ਫਰਮਾਇਆ ਜੇ, ਨਬੀ ਪਾਕ ਅਲੈਹਿਸ ਸਲਾਮ ਦਾ ਪਿਆਰਾ ਸਿਹਾਬੀ ਹਜ਼ਰਤ ਅਬਦੁੱਲਾ ਬਿਨ ਅੱਬਾਸ, ਸਭ ਕਹਿ ਦਿਓ ਰਜ਼ੀ ਅੱਲਾਹੁ ਤਾਲਾ ਰਜ਼ੀ ਅੱਲਾਹੁ ਤਾਲਾ ਅਨਹੁ, ਇੰਜ ਕਰਕੇ ਚਲਦਿਆਂ ਚਲਦਿਆਂ ਮੇਰੇ ਪੈਗੰਬਰ ਦੇ ਘਰ ਅੰਦਰ ਆਏ ਨੇ ਮੁਸਲਮਾਨੋ, ਚੰਦ ਦਿਨ ਗੁਜ਼ਾਰਨ ਵਾਸਤੇ। ਇਹਨਾਂ ਦੀ ਖਾਲਾ ਹਜ਼ਰਤ ਮੈਮੂਨਾ ਰਜ਼ੀ ਅੱਲਾਹੁ ਤਾਲਾ ਅਨਹਾ ਦੀ ਸ਼ਾਦੀ ਮੇਰੇ ਸੋਹਣੇ ਨਬੀ ਨਾਲ ਹੋ ਗਈ ਏ। ਮੁਸਲਮਾਨੋ, ਤਵੱਜੋ ਫਰਮਾਇਆ ਜੇ, ਇੱਕ ਦਿਨ ਇੰਜ ਕਰਕੇ ਨਬੀ ਪਾਕ ਦੇ ਘਰ ਅੰਦਰ ਆਏ ਨੇ, ਮੈਂ ਚੰਦ ਦਿਨ ਗੁਜ਼ਾਰਾਂ ਵਾਂ। ਮੁਸਲਮਾਨੋ, ਤਵੱਜੋ ਮੇਰੀ ਤਰਫ ਰੱਖਿਆ ਜੇ, ਨਬੀ ਪਾਕ ਅਲੈਹਿਸ ਸਲਾਮ ਨਮਾਜ਼ ਤਹੱਜਦ ਵੇਲੇ ਉੱਠ ਕੇ ਅੱਲਾ ਦੇ ਸਾਹਮਣੇ ਸਜਦਾ ਕੀਤਾ ਕਰਦੇ,
حضرت عبداللہ بن عباس رضی اللہ کو تعالیٰ عنہ نے رات نو سون لگے نے ایک برتن اندر پانی پر کے رکھ دیتا ہے نماز تہجد دا ویلا ہوئے گا میرے پیغمبر بیدار ہون گے اس پانی نا وضو کر لین گے نماز تہجد ادا کر لین گے مسلمانوں نبی پاک علیہ الصلوۃ والسلام نماز تہجد ویلے بیدار ہوئے نے میرے سونے نبی نے دیکھے اینج کر کے برتن اندر پانی پہ آئے میرے پیغمبر اینے راضی ہوئے میرے پیغمبر اینے خوش ہوئے نبی پاک علیہ الصلوۃ والسلام نے اللہ دے حضور دعا کر دی تھی اللہ سونے میرے صحابی نو قرآن دی سمجھ عطا کر دے اللہ دین دی سمجھ عطا کر دے پھر اللہ پاک نے دعاواں کنیاں قبول کیتیاں نے مسلمانوں 15 سال دی عمر اندر اللہ پاک نے مفسر قرآن بھی بنا دیتا اے تے مفسر حدیث بھی بنا دیتا اے 15 سال دی عمر اندر ساڈے بچیاں نو صحیح طرح طہارت دے مسائل نہیں آندے نماز دا ترجمہ نہیں آندا لیکن اللہ پاک نے سونے نبی دی دعا دی برکت دی وجہ توں 15 سال دی عمر اندر مفسر قرآن بھی بنا چھڑیا وے مفسر حدیث بھی بنا دیتا اے وصلی علیہم ان صلاتک سکن اللہم واللہ سمیع علیم ایتھے ہی بس نے مسلمانوں ذرا توجہ میری طرف رکھیا دے نبی پاک علیہ الصلوۃ والسلام دا پیارا صحابی ہے حضرت ابو ہریرہ رضی اللہ تعالی عنہ چلدیاں چلدیاں میرے پیغمبر دے کول آئے نے آ کے کہندے نے سونے نبی میری ماں اسلام نو چنگا نہیں سمجھدی میری ماں دین نو چنگا نہیں سمجھدی انج کرو نا میری ماں دے حق اندر دعا کر دو نبی پاک علیہ الصلوۃ والسلام نے اپنے ہاتھاں نو بلند کیتا وے اللہ سونے ابو ہریرہ دی ماں نو اسلام دی سمجھ دے دے اللہ ابو ہریرہ دی ماں نو اللہ دین دی سمجھ دے دے ادھر نبی پاک دا صحابی دوڑ پیندا وے توجہ فرمایا جی بزرگو اند کر کے دوڑ پیندا وے اج میں آزماواں گا کہ میں پہلے کرے پہنچنا وا یا دی دعا پہلے کرے پہنچ دیے ادھر میرے سونے نبی کئی جا رہے نے اللہ سونے حضرت ابو ہریرہ دی ماں نو اسلام دی سمجھ دے دے اللہ دین دی سمجھ دے دے ادھر نبی پاک دا صحابی دوڑ پیندا وے دوڑ دیاں جدوں جا کے مسلمانوں دروازے تے دستک دیتی ہے او جڑی ماں کہندی سی سونے نبی دا کلمہ چھڑ دے سونے نبی دا دین چھڑ دے او ماں بول کے کہندی ہے ابو ہریرہ ٹھہر جا تیری ماں غسل پئی کر دیے اسلام قبول کرن واسطے اے قادی برکت وصلی علیہم ان صلاتک سکن اللہم واللہ سمیع علیم سیابی مگروں گھر اندر مگروں پہنچیا دعا میرے سونے نبی دی پہلے پہنچ اینی عظمت والی دعا سانو کیوں حاصل ہوئے گی سانو کی کرنا پوے گا میرے موضوع دا آخری جو شروع ہونے لگا ہے بڑیاں اہم گلاں نے درس قرآن دا مقصد اینا گلاں تے پورا ہونا ہے میں عمل دسنے نے میں حدیث بھی پڑھاں گا حدیث دا حوالہ بھی دواں گا ہر بندہ توجہ میری طرف رکھے پہلی روایت پہلا عمل سنو جی دی وجہ تو نبی پاک دی اینی عظمتاں والی جی دے اندر اللہ دے کولوں رحمت دا سوال کیتا ہے مسلمانوں اینی برکت والی دعا سانو نصیب ہوئے گی اے کام کرنے پڑن گے پہلا عمل حبیب کبریا جناب محمد رسول اللہ لے پہ گئے نبی پاک دا نام آیا محبت نہ درود پڑھو ساڑا ایمان نبی پاک دی ذات ورگی کسے دی ذات کوئی نہیں نبی پاک دی بات ورگی کسے دی بات کوئی نہیں تے نبی پاک دے ناما ورگے بولو کسے دے او سب نام پیارے لگ دینے ہے وکھرا نام محمد دا سب نام پیارے لگ دینے ہے وکھرا نام محمد دا اللہ دے باج زمانے بیچ ہے چرچایا محمد دا اونوں مالو زر دی لوڑ نہیں کسے نعمت دی کوئی تھوڑ نہیں زر مال تے شان
ਸ਼ਾਇਆ ਬੋਲੇ ਜਾਂਦਾ ਜ਼ਰਮਾਲ ਤੇ ਸ਼ਾਇਆ ਬੋਲੇ ਜਾਂਦਾ ਜੋ ਬਾਣੇ ਦਾ ਗੁਲਾਮ ਮੁਹੰਮਦ ਦਾ ਸਭ ਨਾਮ ਪਿਆਰੇ ਲੱਗਦੇ ਨੇ ਹੈ ਵੱਖਰਾ ਨਾਮ ਮੁਹੰਮਦ ਦਾ ਮਹਿਬੂਬ ਨੇ ਜਦ ਐਲਾਨ ਕੀਤਾ ਸਿੱਦੇਕਨ ਸਭ ਕੁਰਬਾਨ ਕੀਤਾ ਮਹਿਬੂਬ ਨੇ ਜਦ ਐਲਾਨ ਕੀਤਾ ਸਿੱਦੇਕਨ ਸਭ ਕੁਰਬਾਨ ਕੀਤਾ ਹੋ ਵਾਰ ਕੇ ਤਨ ਦੀਆਂ ਲੀਰਾਂ ਨੂੰ ਹੋ ਵਾਰ ਕੇ ਤਨ ਦੀਆਂ ਲੀਰਾਂ ਨੂੰ ਕੀਤਾ ਖੂਬ ਕਰਾਮ ਮੁਹੰਮਦ ਦਾ ਸੰਗ ਦਿਲ ਵੀ ਕੋਲ ਜੇ ਆ ਜਾਂਦੇ ਮੁਖ ਤੱਕ ਲੈਂਦੇ ਦਿਲ ਤੇ ਬਾਂਦੇ ਸੰਗ ਦਿਲ ਵੀ ਕੋਲ ਜੇ ਆ ਜਾਂਦੇ ਮੁਖ ਤੱਕ ਲੈਂਦੇ ਦਿਲ ਤੇ ਬਾਂਦੇ ਕਾਫਰ ਵੀ ਰਾਤ ਨੂੰ ਛੁੱਪ ਛੁੱਪ ਕੇ ਦੁਸ਼ਮਨ ਵੀ ਰਾਤ ਨੂੰ ਛੁੱਪ ਛੁੱਪ ਕੇ ਆ ਸੁਣਨ ਕੁਰਾਨ ਮੁਹੰਮਦ ਦਾ ਇਹ ਹਸਰਤ ਪੂਰੀ ਕਰ ਮੌਲਾ ਬਲਵਾਲੇ ਆਪਣੇ ਦਰ ਮੌਲਾ ਉਸਮਾਨ ਜ ਦੇਖੇ ਉਹ ਮਨਜ਼ਰ ਨੂੰ ਜਿੱਥੇ ਹੈ ਆਰਾਮ ਮੁਹੰਮਦ ਦਾ ਦੁਆ ਕਰੋ ਅੱਲਾ ਨਬੀ ਪਾਕ ਨਾਲ ਸੱਚਾ ਪਿਆਰ ਨਸੀਬ ਫਰਮਾਏ ਆਓ ਲੋਕੋ ਤਰ੍ਹਾਂ ਤੋਜੋ ਫਰਮਾਇਆ ਜੇ ਆਖਰੀ ਗੱਲਾਂ ਗੱਲ ਖਤਮ ਕਰੀਏ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਕੁਝ ਅਮਲ ਦੱਸੇ ਨੇ ਉਹ ਅਮਲ ਜਿਹੜਾ ਬੰਦਾ ਵੀ ਕਰੇਗਾ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਦੀ ਦੁਆ ਦਾ ਮੁਸਹਿਕ ਬਣ ਜਾਏਗਾ ਮੁਸਲਮਾਨੋ ਪਹਿਲੀ ਰਵਾਇਤ ਅਬੂ ਦਾਊਦ ਦੀ ਪੜ੍ਹਨਾ ਚਾਹੁੰਦਾ ਵਾਂ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਵੇ ਜਿਹੜਾ ਬੰਦਾ ਅਸਰ ਦੀ ਜਮਾਤ ਖੜੀ ਹੋਣ ਤੋਂ ਪਹਿਲਾਂ ਚਾਰ ਰਕਾਤ ਇਹਤਮਾਮ ਕਰ ਲੈਂਦਾ ਵੇ ਚਾਰ ਰਕਾਤ ਨੂੰ ਅਦਾ ਕਰ ਲੈਂਦਾ ਹੈ ਦੁਨੀਆ ਦੇ ਅੰਦਰ ਬਸੇ ਵਾਲੇ ਲੋਕ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਉਹ ਦੇਵਾ ਸੇ ਦੁਆ ਕੀਤੀ ਏ ਰਹੀਮ ਅੱਲਾਹੁਮ ਰਾਨ ਰਹੀਮ ਅੱਲਾਹੁਮ ਰਾਨ ਸੱਲਾ ਕਬਲ ਅਲ ਅਸਰੀ ਅਰਬਾ ਮੁਸਲਮਾਨੋ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਅੱਲਾ ਸੁਣਿਆ ਜਿਹੜਾ ਬੰਦਾ ਵੀ ਅਸਰ ਦੀ ਜਮਾਤ ਖੜੀ ਹੋਣ ਤੋਂ ਪਹਿਲਾਂ ਚਾਰ ਰਕਾਤ ਨੂੰ ਅਦਾ ਕਰ ਲੈਂਦਾ ਵੇ ਅੱਲਾ ਮੈਂ ਤੇਰਾ ਨਬੀ ਦੁਆ ਕਰਨਾ ਵਾਂ ਰਹੀਮ ਅੱਲਾਹੁਮ ਰਾਨ ਸੱਲਾ ਕਬਲ ਅਲ ਅਸਰੀ ਅਰਬਾ ਅੱਲਾ ਉਹਦੇ ਤੇ ਰਹਿਮਤਾਂ ਦਾ ਨਜ਼ੂਲ ਕਰ ਦੇ ਅੱਲਾ ਬਰਕਤਾਂ ਦਾ ਨਜ਼ੂਲ ਕਰ ਦੇ ਮੁਸਲਮਾਨੋ ਮੈਂ ਕਹਿਣਾ ਚਾਹੁੰਦਾ ਵਾਂ ਮੇਰੀ ਦੁਆ ਰੱਦ ਹੋ ਸਕਦੀ ਏ ਤੁਹਾਡੀ ਰੱਦ ਅੱਲਾਹੁ ਅਕਬਰ ਦੁਆ ਰੱਦ ਹੋ ਸਕਦੀ ਏ ਬਜ਼ੁਰਗਾਂ ਦੀ ਦੁਆ ਰੱਦ ਹੋ ਸਕਦੀ ਏ ਉਸਤਾਦਾਂ ਦੀ ਦੁਆ ਰੱਦ ਹੋ ਸਕਦੀ ਏ ਚਾਚਾ ਜੀ ਦੀ ਦੁਆ ਰੱਦ ਹੋ ਸਕਦੀ ਏ ਇਹ ਨੌਜਵਾਨ ਭਾਈ ਬੈਠੇ ਨੇ ਇਹਨਾਂ ਦੀਆਂ ਦੁਆਵਾਂ ਰੱਦ ਹੋ ਸਕਦੀਆਂ ਨੇ ਲੇਕਿਨ ਜਿਸ ਸੋਹਣੇ ਨਬੀ ਦਾ ਅਸੀਂ ਕਲਮਾ ਪੜਿਆ ਉਹ ਸੋਹਣੇ ਨਬੀ ਦੀ ਦੁਆ ਰੱਦ ਨਹੀਂ ਹੋਏਗੀ ਅਗਰ ਸੋਹਣੇ ਨਬੀ ਦੀ ਦੁਆ ਹਾਸਲ ਕਰਨਾ ਚਾਹੁੰਦੇ ਹੋ ਵੀ ਅਸਰ ਦੀ ਜਮਾਤ ਤੋਂ ਪਹਿਲਾਂ ਚਾਰ ਰਕਾਤ ਅਦਾ ਕਰਨ ਵਾਲੇ ਬਣ ਜਾਓ ਇਹਨਾਂ ਚਾਰ ਰਕਤਾਂ ਦੀ ਪਾਬੰਦੀ ਕਰਨ ਵਾਲੇ ਬਣ ਜਾਵੋ ਮੁਸਲਮਾਨੋ ਪੂਰੀ ਤਕਰੀਰ ਮੇਰੀ ਯਾਦ ਰਵੇ ਜਾਂ ਨਾ ਰਵੇ ਕਮ ਅਜ਼ ਕਮ ਇੱਕ ਹਦੀਸ ਲਾਜ਼ਮੀ ਯਾਦ ਕਰਕੇ ਲੈ ਜੇ ਆ ਜੇ ਮੇਰੇ ਆਉਣ ਦਾ ਮਕਸਦ ਪੂਰਾ ਹੋ ਜਾਏਗਾ ਤੁਹਾਡੇ ਆਉਣ ਦਾ ਮਕਸਦ ਪੂਰਾ ਹੋ ਜਾਏਗਾ ਪ੍ਰੋਗਰਾਮ ਕਰਾਉਣ ਵਾਲਿਆਂ ਦਾ ਮਕਸਦ ਪੂਰਾ ਹੋ ਜਾਏਗਾ ਮੁਸਲਮਾਨੋ ਮੈਂ ਦੂਸਰਾ ਅਮਲ ਬਿਆਨ ਕਰਨਾ ਚਾਹੁੰਦਾ ਵਾਂ ਇਬਨੇ ਮਾਜਾ ਦੀ ਰਵਾਇਤ ਏ ਮੇਰੇ ਮਹਿਬੂਬ ਪੈਗੰਬਰ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਵੇ ਜਿਹੜਾ ਬੰਦਾ ਮੇਰੀਆਂ ਹਦੀਸਾਂ ਸੁਣ ਕੇ ਅੱਗੇ ਲੋਕਾਂ ਤੱਕ ਪਹੁੰਚਾਉਂਦਾ ਵੇ ਜਿਵੇਂ ਹਦੀਸ ਮੇਰੇ ਕੋਲੋਂ ਸੁਣੀ ਏ ਅੱਗੇ ਦੋਸਤਾਂ ਤੇ ਯਾਰਾਂ ਨੂੰ ਦੱਸਦਾ ਵੇ ਤੁਸੀਂ ਜੁਮੇ ਅੰਦਰ ਦਰਸਾਂ ਅੰਦਰ ਨਬੀ ਪਾਕ ਦੇ ਬੇਸ਼ੁਮਾਰ ਫਰਮਾਨ ਸੁਣਦੇ ਹੋ ਮੁਸਲਮਾਨੋ ਆਪ ਵੀ ਯਾਦ ਕਰਿਆ ਕਰੋ ਉਹਦੇ ਤੇ ਅਮਲ ਕਰਿਆ ਕਰੋ ਆਪਣੇ ਘਰ ਵਾਲਿਆਂ ਨੂੰ ਜਾ ਕੇ ਦੱਸਿਆ ਕਰੋ ਆਪਣੇ ਦੋਸਤਾਂ ਨੂੰ ਜਾ ਕੇ ਦੱਸਿਆ ਕਰੋ ਸੱਜਣਾ ਤੇ ਯਾਰਾਂ ਨੂੰ ਜਾ ਕੇ ਦੱਸਿਆ ਕਰੋ ਲੇਕਿਨ ਅਫਸੋਸ ਏ ਵੇ ਅੱਲਾਹੁ ਅਕਬਰ ਦੁਨੀਆ ਦੀਆਂ ਗੱਲਾਂ ਸੀ ਲੋਕਾਂ ਨੂੰ ਦੱਸੀਆਂ ਕਦੇ ਕੁਰਾਨ ਲੋਕਾਂ ਤੱਕ ਨਹੀਂ ਪਹੁੰਚਾਇਆ ਹੁਣੇ ਨਬੀ ਦਾ ਫਰਮਾਨ ਲੋਕਾਂ ਤੱਕ ਨਹੀਂ ਪਹੁੰਚਾਇਆ ਇਹ ਅਗਲੇ ਦਿਨੋਂ ਸਾਈਵਾਲ ਦੇ ਇਲਾਕੇ ਅੰਦਰ ਕੁਝ ਲੋਕਾਂ ਨੂੰ ਕਤਲ ਕੀਤਾ ਗਿਆ ਵੇ ਮੈਂ ਇਹ ਮੰਜ਼ਰ ਦੇਖੀ ਹੈ ਲੋਕ ਦੂਰ ਦੂਰ ਫੋਨ ਕਰਕੇ ਕਹਿੰਦੇ ਨੇ ਸਾਡੇ ਇਲਾਕੇ ਅੰਦਰ ਮਸਲਾ ਬਣਿਆ ਵੇ
ਲੋਕਾਂ ਨੂੰ ਨਾ ਹੱਕ ਤੌਰ ਤੇ ਕਤਲ ਕੀਤਾ ਗਿਆ ਹੈ। ਦੁਨੀਆਂ ਦੇ ਅੰਦਰ ਬਸੇ ਵਾਲੇ ਲੋਕੋ ਜ਼ਰਾ ਤਵੱਜੋ ਮੇਰੀ ਤਰਫ ਰੱਖੀ ਆ ਜੇ, ਇਹ ਦੁਨੀਆਂ ਦੀਆਂ ਗੱਲਾਂ ਲੋਕਾਂ ਤੀਕਰ ਪਹੁੰਚਾਉਂਦੇ ਜੇ, ਕਦੇ ਕੁਰਾਨ ਸੁਣ ਕੇ ਲੋਕਾਂ ਤੀਕਰ ਨਹੀਂ ਪਹੁੰਚਾਇਆ, ਕਦੇ ਸੋਹਣੇ ਨਬੀ ਦਾ ਫਰਮਾਨ ਸੁਣ ਕੇ ਲੋਕਾਂ ਤੀਕਰ ਨਹੀਂ ਪਹੁੰਚਾਇਆ। ਮੇਰੇ ਸੋਹਣੇ ਨਬੀ ਨੇ ਫਰਮਾਇਆ ਵੇ ਮੁਸਲਮਾਨੋ, ਜਿਹੜਾ ਭੰਦਾ ਫਰਾਮੀਨ ਸੁਣ ਕੇ ਤਵੱਜੋ ਫਰਮਾਇਆ ਜੇ, ਮੇਰੇ ਫਰਾਮੀਨ ਸੁਣ ਕੇ ਹਦੀਸਾਂ ਸੁਣ ਕੇ ਅੱਗੇ ਦੇ ਆਪਣੇ ਦੋਸਤਾਂ ਅਤੇ ਯਾਰਾਂ ਨੂੰ ਦੱਸਦਾ, ਆਪਣੇ ਘਰ ਵਾਲਿਆਂ ਨੂੰ ਦੱਸਦਾ ਵੇ, ਯਾਰੋ ਪੂਰੀ ਤਕਰੀਰ ਦੇ ਅੰਦਰੋਂ ਇੱਕ ਗੱਲ ਯਾਦ ਕਰ ਲਿਆ ਕਰੋ, ਆਪ ਵੀ ਉਹਦੇ ਤੇ ਅਮਲ ਕਰਿਆ ਕਰੋ, ਆਪਣੇ ਘਰ ਵਾਲਿਆਂ ਨੂੰ ਜਾ ਕੇ ਦੱਸਿਆ ਕਰੋ, ਆਪਣੇ ਸੱਜਣਾ ਤੇ ਯਾਰਾਂ ਨੂੰ ਦੱਸਿਆ ਕਰੋ। ਇੱਥੇ ਮੈਂ ਇੱਕ ਗੱਲ ਕਰਨਾ ਚਾਹੁੰਦਾ ਵਾਂ, ਜਾਂ ਹਦੀਸ ਅੱਗੇ ਆਪ ਪਹੁੰਚਾ ਦਵੋ, ਜਾਂ ਹਦੀਸ ਪਹੁੰਚਾਉਣ ਦਾ ਜ਼ਰੀਆ ਬਣ ਜਾਵੋ। ਇਸ ਅੱਲਾਹ ਅਕਬਰ ਪਿੰਡ ਅੰਦਰ ਮਦਰਸਾ ਕਿਵੇਂ ਬੱਚੀਆਂ ਦਾ ਮਦਰਸਾ, ਮੁਸਲਮਾਨੋ ਤਵੱਜੋ ਫਰਮਾਇਆ ਜੇ, ਉਹ ਮਦਰਸੇ ਦਾ ਮਕਸਦ ਕੀ ਹੈ? ਚਾਚਾ ਜੀ ਇਮਤਿਆਜ਼ ਸਾਹਿਬ ਨੇ ਮਦਰਸਾ ਸ਼ੁਰੂ ਕੀਤਾ ਵੇ, ਮੁਆਮਿਨੀਨ ਤਾਮਨ ਕਰਦੇ ਨੇ, ਮੁਹੱਬਤ ਪਿਆਰ ਕਰਦੇ ਨੇ, ਉਸ ਮਦਰਸੇ ਨੂੰ ਚਲਾ ਰਹੇ ਨੇ। ਕਸਮੇ ਖੁਦਾ ਦੀ, ਕਿਸੇ ਦਾ ਦਿਲ ਦੁਖਾਉਣ ਵਾਸਤੇ ਮਦਰਸਾ ਕਾਇਮ ਨਹੀਂ ਕੀਤਾ, ਕਿਸੇ ਅੱਲਾਹ ਉੱਪਰ ਕਿਸੇ ਨੂੰ ਪਰੇਸ਼ਾਨ ਕਰਨ ਵਾਸਤੇ ਉਹ ਮਦਰਸਾ ਕਾਇਮ ਨਹੀਂ ਕੀਤਾ, ਕਿਸੇ ਨੂੰ ਦੁੱਖ ਪਹੁੰਚਾਉਣ ਵਾਸਤੇ ਉਹ ਮਦਰਸਾ ਕਾਇਮ ਨਹੀਂ ਕੀਤਾ। ਸਿਰਫ ਇਸ ਬੁਨਿਆਦ 'ਤੇ ਮਦਰਸਾ ਕਾਇਮ ਹੋਇਆ ਵੇ, ਸਾਡੀਆਂ ਬੇਟੀਆਂ ਕੁਰਾਨ ਪੜ੍ਹਨ ਵਾਲੀਆਂ ਬਣ ਜਾਵਣ। ਮੁਸਲਮਾਨੋ, ਜਿਸ ਬੇਟੀ ਦੀ ਤਰਬੀਅਤ ਠੀਕ ਹੋਏਗੀ ਉਹਦੀ ਔਲਾਦ ਵੀ ਠੀਕ ਹੋਏਗੀ, ਜਿਸ ਮਾਂ ਦੀ ਆਪਣੀ ਤਰਬੀਅਤ ਠੀਕ ਨਹੀਂ ਹੈ ਉਹ ਆਪਣੀ ਔਲਾਦ ਦੀ ਤਰਬੀਅਤ ਕਿੱਥੋਂ ਕਰੇਗੀ? ਜਿਹੜੀ ਅੱਲਾਹ ਅਕਬਰ ਮਾਂ ਕੁਰਾਨ ਪੜ੍ਹ ਪੜ੍ਹੀ ਹੈ ਉਹ ਆਪਣੇ ਬੱਚਿਆਂ ਨੂੰ ਕੁਰਾਨ ਪੜ੍ਹਾਏਗੀ, ਜਿਹੜੀ ਅੱਲਾਹ ਅਕਬਰ ਮਾਂ ਨਬੀ ਪਾਕ ਦੀ ਸੁਨਤ ਦਾ ਹਯਾ ਕਰਨ ਵਾਲੀ ਹੈ। ਮੁਸਲਮਾਨੋ, ਉਹ ਆਪਣੇ ਬੇਟਿਆਂ ਨੂੰ ਸੁਨਤ ਹਯਾ ਕਰਨ ਵਾਲੀ ਬਣਾ ਦੇਵੇਗੀ। ਮੈਂ ਦੁਆ ਕਰਨਾ ਵਾਂ, ਜਿੰਨੀਆਂ ਮੇਰੀਆਂ ਭੈਣਾਂ ਉੱਥੇ ਕੁਰਾਨ ਪੜ੍ਹ ਰਹੀਆਂ ਨੇ, ਸੋਹਣੇ ਨਬੀ ਦਾ ਫਰਮਾਨ ਪੜ੍ਹ ਰਹੀਆਂ ਨੇ, ਅੱਲਾ ਸੋਹਣਿਆ ਮੇਰੀਆਂ ਭੈਣਾਂ ਨੂੰ ਕਾਮਯਾਬ ਕਰ ਦੇ, ਅੱਲਾ ਉਹਨਾਂ ਦੇ ਦਿਲਾਂ ਨੂੰ ਕੁਰਾਨ ਵਾਸਤੇ ਪਸੰਦ ਫਰਮਾ ਲੈ, ਅੱਲਾ ਉਹਨਾਂ ਦੀਆਂ ਜ਼ੁਬਾਨਾਂ ਨੂੰ ਕੁਰਾਨ ਵਾਸਤੇ ਪਸੰਦ ਫਰਮਾ ਲੈ। ਮੁਸਲਮਾਨੋ, ਤਵੱਜੋ ਮੇਰੀ ਤਰਫ ਰੱਖਿਆ ਜੇ, ਕੋਈ ਵੀ ਮਸਲਾ ਪਤਾ ਚੱਲ ਜਾਵੇ ਅੱਗੇ ਜਾ ਕੇ ਲੋਕਾਂ ਤੀਕਰ ਫੁਲਾਇਆ ਅੱਲਾਹ ਉੱਪਰ ਫੈਲਾਇਆ ਕਰੋ, ਔਰ ਦੋਸਤਾਂ ਅਤੇ ਯਾਰਾਂ ਨੂੰ ਦੱਸਿਆ ਕਰੋ। ਨਬੀ ਪਾਕ ਅਲੈਹਿਸ ਸਲਾਮ ਨੇ ਬੜੀ ਅਜ਼ੀਮ ਦੁਆ ਕੀਤੀ ਏ, ਇਬਨੇ ਮਾਜਾ ਦੀ ਰਵਾਇਤ ਏ, ਮੇਰੇ ਸੋਹਣੇ ਨਬੀ ਨੇ ਫਰਮਾਇਆ, ਯਜ਼ਰ ਅੱਲਾਹੁ ਅਬਦਨ ਸਮੀਆ ਮਕਾਲੀਆ ਫਵਾਹਾ ਵਅਦਹਾ, ਯਜ਼ਰ ਅੱਲਾਹੁ ਅਬਦਨ ਸਮੀਆ ਮਕਾਲੀਆ ਫਵਾਹਾ ਵਅਦਹਾ। ਕਾਸ਼ ਤੁਸੀਂ ਤੇ ਮੈਂ ਇਸ ਦੁਆ ਦੇ ਮੁੰਤਜ਼ਰ ਬਣ ਜਾਈਏ, ਇਸ ਦੁਆ ਨੂੰ ਤਲਬ ਕਰਨ ਵਾਲੇ ਬਣ ਜਾਈਏ। ਨਬੀ ਪਾਕ ਨੇ ਫਰਮਾਇਆ, ਅੱਲਾਹ ਜਿਹੜਾ ਬੰਦਾ ਮੇਰੀਆਂ ਹਦੀਸਾਂ ਸੁਣ ਕੇ ਅੱਗੇ ਲੋਕਾਂ ਤੀਕਰ ਪਹੁੰਚਾਉਂਦਾ ਵੇ, ਅੱਲਾ ਉਹਦੇ ਚਿਹਰੇ ਨੂੰ ਤਰੋ ਤਾਜ਼ਾ ਰੱਖੀ, ਅੱਲਾ ਉਸ ਬੰਦੇ ਨੂੰ ਖੁਸ਼ਹਾਲ ਰੱਖੀ, ਉਸ ਬੰਦੇ 'ਤੇ ਕਦੇ ਪਰੇਸ਼ਾਨੀ ਨਾ ਆਵੇ, ਉਸ ਬੰਦੇ 'ਤੇ ਕਦੇ ਦੁੱਖ ਨਾ ਆਵੇ। ਮੁਸਲਮਾਨੋ, ਤਵੱਜੋ ਫਰਮਾਇਆ ਜੇ, ਤੀਸਰਾ ਅਮਲ ਤੇ ਆਮ ਨਾ ਸੁਣਿਆ ਜੇ। ਨਬੀ ਪਾਕ ਅਲੈਹਿਸ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਅੱਲਾ ਨੇ ਤੋਫੀਕ ਅਤਾ ਕੀਤੀ ਹੈ ਉਹ ਬੈਤੁੱਲਾ ਦੀ ਜ਼ਿਆਰਤ ਕਰਕੇ ਆਉਂਦਾ ਹੈ, ਬੈਤੁੱਲਾ ਦਾ ਹੱਜ ਕਰਕੇ ਆਉਂਦਾ ਵੇ। ਮੁਸਲਮਾਨੋ, ਅਗਰ ਅੱਲਾ ਨੇ ਤੋਫੀਕ ਅਤਾ ਕੀਤੀ ਹੈ ਬੈਤੁੱਲਾ ਦੀ ਜ਼ਿਆਰਤ ਕਰਕੇ ਆਇਆ ਕਰੋ, ਲੇਕਿਨ ਇੱਥੇ ਤੇ ਮਾਮਲਾ ਅਜੀਬ ਬਣ ਗਿਆ ਵੇ। ਮੁਸਲਮਾਨੋ, ਲੋਕ ਗੱਲਾਂ ਕਰਦੇ ਨੇ, ਹਾਂਜੀ ਮੈਂ ਉਮਰਾ ਕਰਾਂਗਾ, 1 ਲੱਖ ਰੁਪਈਆ ਘੱਟ ਜਾਏਗਾ, ਮੈਂ ਮਿਹਨਤਾਂ ਕਰਕੇ ਪੈਸਾ ਜਮ੍ਹਾਂ ਕੀਤਾ, ਮੈਂ ਮਾਲ ਜਮ੍ਹਾਂ ਕੀਤਾ, ਮੇਰੇ ਮਾਲ ਅੰਦਰੋਂ 1 ਲੱਖ ਰੁਪਈਆ ਘੱਟ ਜਾਏਗਾ। ਮੇਰੇ ਸੋਹਣੇ ਨਬੀ ਨੇ ਫਰਮਾਇਆ ਵੇ, ਜਿਹੜਾ ਬੰਦਾ ਮੇਰੇ ਸ਼ਹਿਰ ਦੀ ਜ਼ਿਆਰਤ ਕਰਕੇ ਆਉਂਦਾ, ਉਮਰਾ ਅਦਾ ਕਰਕੇ ਆਉਂਦਾ ਵੇ, ਐਸਾ ਬੰਦਾ ਜਦੋਂ ਵਾਪਸ ਆਉਂਦਾ ਏ ਅੱਲਾ ਉਹਦੇ ਗੁਨਾਹਾਂ ਨੂੰ ਇੰਜ ਮਾਫ਼ ਕਰ ਦਿੰਦੇ ਨੇ, ਇੰਜ ਗੁਨਾਹਾਂ ਤੋਂ ਉਸ ਬੰਦੇ ਨੂੰ ਸਾਫ਼ ਕਰ ਦਿੰਦੇ ਨੇ, ਜਿਵੇਂ ਸੁਰਾਰਾ ਸੋਨੇ ਨੂੰ ਭੱਠੀ ਅੰਦਰ ਪਾ ਕੇ ਮੈਲ ਕੁਚੈਲ ਤੋਂ ਸਾਫ਼ ਕਰ ਦਿੰਦਾ ਹੈ। ਔਰ ਅਗਲੀ ਹਦੀਸ, ਇਸ ਹਦੀਸ ਦਾ ਦੂਸਰਾ ਹਿੱਸਾ, ਮੇਰੇ ਸੋਹਣੇ ਨਬੀ ਨੇ ਫਰਮਾਇਆ ਵੇ, ਜਿਹੜਾ ਬੰਦਾ ਮੇਰੇ ਬੈਤੁੱਲਾ ਦੀ ਅੱਲਾਹ ਉੱਪਰ ਜ਼ਿਆਰਤ ਕਰਕੇ ਆਉਂਦਾ ਵੇ, ਮੇਰੇ ਸ਼ਹਿਰ ਦੀ ਜ਼ਿਆਰਤ ਕਰਕੇ ਆਉਂਦਾ, ਉਮਰਾ ਅਦਾ ਕਰਕੇ ਆਉਂਦਾ ਵੇ, ਅੱਲਾਹ ਪਾਕ ਉਹਦੀਆਂ ਗੁਰਬਤਾਂ ਪਰੇਸ਼ਾਨੀਆਂ ਆਪਣੀ ਰਹਿਮਤ ਨਾਲ ਦੂਰ ਕਰ ਦਿੰਦੇ ਨੇ। ਇਸੇ ਵਾਸਤੇ ਮੇਰੇ ਸੋਹਣੇ ਨਬੀ ਨੇ ਫਰਮਾਇਆ ਵੇ, 1 ਉਮਰਾ ਦੂਸਰੇ ਉਮਰੇ ਤੱਕ ਅੱਲਾਹ ਉੱਪਰ ਗੁਨਾਹਾਂ ਦਾ ਕਫਾਰਾ ਏ, ਬਾਰ ਬਾਰ ਉਮਰਾ ਕਰਿਆ ਕਰੋ। ਔਰ ਮੇਰੇ ਸੋਹਣੇ ਨਬੀ ਨੇ ਫਰਮਾਇਆ, ਬਲ ਹਜੁਲ ਮਬਰੂਰੁ ਲੈਸਾ ਲਹੂ ਜਜ਼ਾਉਨ ਇਲਲ ਜੰਨਾ, ਜਿਹੜਾ ਬੰਦਾ ਹਜ ਅਦਾ ਕਰਦਾ ਵੇ, ਅੱਲਾ ਨੇ ਹਜ ਦੀ ਜਜ਼ਾ ਆਪਣੀ ਜੰਨਤ ਰੱਖੀ ਏ। ਅੱਲਾ ਸੋਹਣਿਆ, ਓਨੀ ਦੇਰ ਤੱਕ ਮੌਤ ਨਾ ਆਏ ਜਿੰਨੀ ਦੇਰ ਤੱਕ ਤੇਰੇ ਬੈਤੁੱਲਾ ਦੀ ਅਸੀਂ ਜ਼ਿਆਰਤ ਨਾ ਕਰੀਏ।
ਜਾਣਾ ਚਾਹੁੰਦੇ ਹੋ ਮੁਹੱਬਤਨਾ ਕੋ ਆਮੀਨ ਅੱਲਾ ਸੁਣਿਆ ਆਬੇ ਜ਼ਮਜ਼ਮ ਪਾਣੀ ਪੀਣਾ ਰਸੀ ਫਰਮਾ ਓ ਮੇਰੇ ਦਿਲ ਦੀ ਹਸਰਤ ਯਾ ਮੌਲਾ ਇੱਕ ਵਾਰ ਮਦੀਨਾ ਦਿਖਾ ਦੇ ਤੂੰ ਸਰਕਾਰ ਮਦੀਨਾ ਦੇ ਕਦਮਾਂ ਵਿੱਚ ਗੁਨਾਹਗਾਰ ਨੂੰ ਆਪ ਬਿਠਾ ਦੇ ਤੂੰ ਮੈਂ ਤੇ ਟੁਰ ਦਿਆਂ ਫਿਰ ਦਿਆਂ ਕਮਲਿਆਂ ਵਾਂਗ ਮੈਂ ਮਦੀਨਾ ਕਰਾਂ ਜਦ ਯਾਦ ਕਬੇ ਦੀ ਆ ਜਾਵੇ ਜਦ ਯਾਦ ਕਬੇ ਦੀ ਆਹ ਜਾਵੇ ਬਸ ਅਪੜੇ ਆ ਪਤ ਨਾਲ ਲੜਾਂ ਹੱਥ ਬੰਨ ਕੇ ਮੇਰੀਆਂ ਅਰਜ਼ਾਂ ਨੇ ਹੱਥ ਬੰਨ ਕੇ ਸਾਡੀਆਂ ਅਰਜ਼ਾਂ ਨੇ ਇੱਕ ਵਾਰ ਮਦੀਨਾ ਪੁਚਾ ਦੇ ਤੂੰ ਅੱਲਾ ਮੱਕੇ ਵੀ ਲੈ ਜੇ ਅੱਲਾ ਮਦੀਨੇ ਵੀ ਲੈ ਜੇ ਕਿੰਨੇ ਅਮਲ ਬਿਆਨ ਕਰ ਦਿੱਤੇ ਬੋਲੋ ਯਾਰ ਤਿੰਨ ਅਮਲ ਕਿੰਨੇ ਅਮਲ ਆਓ ਲੋਕੋ ਜ਼ਰਾ ਤਵੱਜੋ ਫਰਮਾਇਆ ਜੇ ਚੌਥਾ ਅਮਲ ਸੁਣਿਆ ਜੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਵੇ ਜਿਹੜਾ ਬੰਦਾ ਫਜਰ ਦੀ ਨਮਾਜ਼ ਬਾ ਜਮਾਤ ਅਦਾ ਕਰਦਾ ਹੈ ਇਹਦਾ ਮਕਸਦ ਹੈ ਪ੍ਰੋਗਰਾਮ ਦਾ ਇਹ ਮਕਸਦ ਨਹੀਂ ਹੈ ਤੁਸੀਂ ਪ੍ਰੋਗਰਾਮ ਸੁਣਦੇ ਪਏ ਹੋ ਸੁਬਹ ਤੋਂ ਅੱਲਾਹ ਉੱਪਰ ਅੱਲਾਹ ਦੇ ਘਰ ਅੰਦਰੋਂ ਆਵਾਜ਼ ਆਵੇ ਅਸਲਾਤੁ ਖੈਰੁਮ ਮਿਨਨ ਮੁਸਲਮਾਨੋ ਤਵੱਜੋ ਫਰਮਾਇਆ ਜੇ ਇਹ ਨਹੀਂ ਕਿ ਪ੍ਰੋਗਰਾਮ ਸੁਣ ਲਿਆ ਹੈ ਫਜਰ ਦੀ ਨਮਾਜ਼ ਛੱਡ ਦੇਣੀ ਹੈ ਫਜਰ ਵੇਲੇ ਉੱਠ ਕੇ ਆਇਆ ਕਰੋ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਵੇ ਜਿਹੜਾ ਬੰਦਾ ਫਜਰ ਦਾ ਇਹਤਮਾਮ ਕਰਦਾ ਏ ਸੋਹਣਿਆ ਰੱਬਾ ਮੈਂ ਤੇਰਾ ਸੋਹਣਾ ਨਬੀ ਦੁਆ ਕਰਨਾ ਵਾਂ ਉਸ ਬੰਦੇ ਨੂੰ ਜੰਨਤ ਅਤਾ ਕਰ ਦੇ ਮਨ ਸੱਲਲ ਭਰ ਦੇਣੀ ਦਖਲ ਅਲ ਜੰਨਾ ਆਓ ਲੋਕੋ ਜ਼ਰਾ ਤਵੱਜੋ ਫਰਮਾਇਆ ਜੇ ਸਹੀ ਬੁਖਾਰੀ ਦੀ ਰਵਾਇਤ ਏ ਮੇਰੇ ਸੋਹਣੇ ਨਬੀ ਨੇ ਫਰਮਾਇਆ ਮਨ ਸੱਲਲ ਭਰ ਦੇਣੀ ਦਖਲ ਅਲ ਜੰਨਾ ਜਿਹੜਾ ਬੰਦਾ ਫਜਰ ਦੀ ਨਮਾਜ਼ ਇਹਤਮਾਮ ਕਰਦਾ ਵੇ ਅੱਲਾ ਉਸ ਬੰਦੇ ਨੂੰ ਜੰਨਤ ਅੰਦਰ ਦਾਖਲ ਕਰੇਗਾ ਮੁਸਲਮਾਨੋ ਅਗਲਾ ਅਮਲ ਸੁਣਿਆ ਜੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਪੰਜਵਾਂ ਅਮਲ ਬਿਆਨ ਕੀਤਾ ਜਿਹੜਾ ਬੰਦਾ ਆਪਣੀ ਜ਼ੁਬਾਨ ਦੀ ਹਿਫਾਜ਼ਤ ਕਰਦਾ ਵੇ ਆਪਣੀ ਜ਼ੁਬਾਨ ਨਾਲ ਕਿਸੇ ਨੂੰ ਮੰਦਾ ਨਹੀਂ ਬੋਲਦਾ ਕਿਸੇ ਦੀ ਗੀਬਤ ਨਹੀਂ ਕਰਦਾ ਕਿਸੇ ਦੀ ਚੁਗਲੀ ਨਹੀਂ ਕਰਦਾ ਮੁਸਲਮਾਨੋ ਜਦੋਂ ਬੋਲਿਆ ਕਰੋ ਧਿਆਨ ਨਾ ਬੋਲਿਆ ਕਰੋ ਕਿਸੇ ਦੀ ਗੀਬਤ ਨਾ ਕਰਿਆ ਜੇ ਚੁਗਲੀ ਨਾ ਕਰਿਆ ਜੇ ਕਿਉਂਕਿ ਹਰ ਚੀਜ਼ ਫਰਿਸ਼ਤੇ ਨੋਟ ਕਰ ਰਹੇ ਨੇ ਕਿਆਮਤ ਵਾਲਾ ਦਿਨ ਹੋਏਗਾ ਹਰ ਚੀਜ਼ ਸਾਹਮਣੇ ਆ ਜਾਏਗੀ ਕੁਰਾਨ ਨੇ ਕਹਿ ਦਿੱਤਾ ਮਾ ਯਲਫਿਜ਼ੁ ਮਿਨ ਕੌਲਿਨ ਇਲਾ ਲਦੈਹਿ ਰਕੀਬੁਨ ਅਤੀਦ ਤਵੱਜੋ ਮੇਰੀ ਤਰਫ ਰੱਖੀ ਆ ਜੇ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਇਸੇ ਵਾਸਤੇ ਫਰਮਾਇਆ ਵੇ ਮਾ ਬੈਨਾ ਲਹਯੈਹਿ ਵਾ ਮਾ ਬੈਨਾ ਰਿਜਲੈਹਿ ਅਸਮਾਨਾ ਲਹੁਲ ਜੰਨਾ ਸਹੀ ਬੁਖਾਰੀ ਦੀ ਰਵਾਇਤ ਹੈ ਫਰਮਾਇਆ ਮਾ ਬੈਨਾ ਲਹਯੈਹਿ ਵਾ ਮਾ ਬੈਨਾ ਰਿਜਲੈਹਿ ਅਸਮਾਨਾ ਲਹੁਲ ਜੰਨਾ ਜਿਹੜਾ ਬੰਦਾ ਦੋਵਾਂ ਚੀਜ਼ਾਂ ਦੀ ਮੈਨੂੰ ਜ਼ਮਾਨਤ ਦੇ ਦੇਵੇ ਆਪਣੀ ਸ਼ਰਮਗਾਹ ਤੇ ਜ਼ੁਬਾਨ ਦੀ ਮੈਨੂੰ ਜ਼ਮਾਨਤ ਦੇ ਦੇਵੇ ਮੈਂ ਉਹਨੂੰ ਜੰਨਤ ਦੀ ਬਸ਼ਾਰਤ ਦਿੰਨਾ ਵਾਂ ਆਪਣੀ ਜ਼ੁਬਾਨ ਦੀ ਹਿਫਾਜ਼ ਕਰੋ ਇਨਸ਼ਾਅੱਲਾ ਇਨਸ਼ਾਅੱਲਾ ਪੜ੍ਹੋ ਦੁਆ ਕਰੋ ਆਪਣੀ ਜ਼ੁਬਾਨ ਨਾਲ ਅੱਲਾ ਚੰਗਾ ਬੋਲਣ ਦੀ ਤੌਫੀਕ ਅਤਾ ਫਰਮਾਏ ਕਰੀ ਸਾਹਿਬ ਨੇ ਜ਼ੁਬਾਨ ਦੇ ਮੁਤਲਕ ਸਾਰਾ ਕੁਛ ਤੁਹਾਨੂੰ ਸਮਝਾ ਦਿੱਤਾ ਇਹਦੀ ਵਜ੍ਹਾ ਤੋਂ ਬੰਦਾ ਇੱਜ਼ਤ ਪਾਉਂਦਾ ਹੈ ਅਤੇ ਇਹਦੀ ਵਜ੍ਹਾ ਤੋਂ ਬੰਦਾ ਜ਼ਲੀਲ ਹੋ ਜਾਂਦਾ ਦੁਆ ਕਰੋ ਅੱਲਾ ਚੰਗਾ ਬੋਲਣ ਦੀ ਤੌਫੀਕ ਅਤਾ ਫਰਮਾਏ ਆਓ ਲੋਕੋ ਜ਼ਰਾ ਤਵੱਜੋ ਫਰਮਾਇਆ ਜੇ ਆਖਰੀ ਅਮਰ ਸੁਣੋ ਅਤੇ ਗੱਲ ਖਤਮ ਕਰੀਏ ਨਬੀ ਪਾਕ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਵੇ ਅੱਲਾ ਸੁਣਿਆ ਕਿਸ ਤੇਰੇ ਬੰਦੇ ਦਾ ਮੇਰੇ ਉਮਤੀ ਦਾ ਕਿਸੇ ਨਾਲ ਝਗੜਾ ਹੋ ਗਿਆ ਕਿਸੇ ਨਾਲ ਲੜਾਈ ਹੋ ਗਈ ਹੈ ਕੁਛ ਦਿਨਾਂ ਤੋਂ ਬਾਅਦ ਉਹਦੇ ਦਿਲ ਅੰਦਰ ਇਹ ਤਮੰਨਾ ਅਤੇ ਆਰਜ਼ੂ ਪੈਦਾ ਹੋਈ ਹੈ ਮੈਂ ਫਲਾਂ ਬੰਦੇ ਨੂੰ ਮੰਦਾ ਬੋਲਿਆ ਸੀ ਮੈਂ ਫਲਾਂ ਬੰਦੇ ਨੂੰ ਪਰੇਸ਼ਾਨ ਕੀਤਾ ਸੀ ਇਹ ਬੰਦਾ ਉਹਦੇ ਨਾਲ ਸੁਲਾਹ ਕਰਨ ਵਾਸਤੇ ਚੱਲ ਪੈਂਦਾ ਵੇ ਦੁਨੀਆਂ ਦੇ ਅੰਦਰ ਬਸੇ ਵਾਲੇ ਲੋਕ ਜ਼ਰਾ ਤਵੱਜੋ ਮੇਰੀ ਤਰਫ ਰੱਖਿਆ ਜੇ ਕਈ ਰਾਤ ਦੇ ਸਰਦਾਰ ਨਬੀ ਦਾ ਕਲਮਾ ਪੜਨ ਵਾਲੇ ਹੋ ਗੱਲ ਜ਼ਰਾ ਧਿਆਨ ਨਾਲ ਸੁਣਿਆ ਜੇ ਜਾ ਕੇ ਉਹਦੇ ਕੋਲੋਂ ਮਾਫ਼ੀ ਮੰਗਦਾ ਹੈ ਯਾਰ ਮੈਨੂੰ ਮਾਫ਼ ਕਰ ਦੇ ਫਲਾਂ ਦਿਨ ਮੈਂ ਤੈਨੂੰ ਮੰਦਾ ਬੋਲਿਆ ਸੀ ਫਲਾਂ ਦਿਨ ਮੈਂ ਤੈਨੂੰ ਪਰੇਸ਼ਾਨ ਕੀਤਾ ਸੀ ਮੈਨੂੰ ਅੱਲਾ ਦੀ ਰਜ਼ਾ ਵਾਸਤੇ ਮਾਫ਼ ਕਰ ਦੇ ਲੇਕਿਨ ਇਹ ਕੰਮ ਸਾਡੇ ਕੋਲੋਂ ਸ਼ੈਤਾਨ ਨੇ ਹੋਣ ਨਹੀਂ ਦੇਣਾ ਕਿਉਂਕਿ ਅਗਰ ਅਸੀਂ ਕਿਸੇ ਬੰਦੇ ਨਾਲ ਸੁਲਾਹ ਕਰਾਂਗੇ ਸ਼ੈਤਾਨ ਸਾਡੇ ਜ਼ਿਹਨ ਅੰਦਰ ਗੱਲ ਪਾ ਦੇਵੇਗਾ ਉਹਦੇ ਨਾਲ ਤੂੰ ਸੁਲਾਹ ਕਰੇਗਾ
जिन्हें तेन गाला कड़िया वो देना सुलह करेगा, जिन्हें तेन मारा मारिया ने वो देना सुलह करेगा, जिन्हें तेन परेशान किया वे अगर तू सुलह कर ली तो दुनिया वाले की कहे ये कुछ कर नहीं सकिया, ते डर दा मारा करे बह गया वे मुसलमानों ये शैतान दी चाल है। असी ये चाल नू कामयाब नहीं होण देना क्योंकि असी तो सोने का कलमा पढ़िया वे। मुसलमानों तवज्जो फरमाया दे हबीबे किबरिया जनाबे मुहम्मद रसूलुल्लाह सल्लल्लाहु अलैहि व आलिहि वसल्लम नबी पाक ताइफ दी सरजमीन अंदर गए ने। मेरे सोने नबी ने आख्या कुलु ला इलाहा इल्लल्लाह एक अल्लाह नु मनन वाले बन जावो। सारी कायनात दा मालिक भी अल्लाह, सारी कायनात दा खालिक भी अल्लाह, सारी कायनात दा दाता भी अल्लाह, सारी कायनात दा मुश्किल कुशा भी अल्लाह, अला कुल्ली शैइन कदीर भी अल्लाह, फआलु लिमा युरीद भी अल्लाह, वनहनु अकरबु इलैहि मिन हबलिल वरीद भी अल्लाह, इन्ना बदश रब्बिकल शदीद भी अल्लाह। इन्हां जालिमां ने मेरे सोने पैगंबर नु पकड़े आवे मारना शुरू कर दिता है, इन्ना मारे आवे मेरे सोने नबी दे जिस्म जो खून जारी हो गया वे। मुसलमानों इन्हां ने आवारा लड़के मेरे पैगंबर दे पीछे लगा दिते, मेरे पैगंबर नू पत्थर भी मार देने, मेरे पैगंबर नू गालां भी कढ़ देने। आसमान तो फरिश्ता आ गया सोने आर्डर ते दे इस बस्सी वालियां नू असी दोवां पहाड़ा दे दरमियान पीस के तेरा कर दईए। नबी पाक अलैहि सलातो सलाम ने फरमाया अल्लाह मैं इन्हां नू तबाह कर नहीं आया, मैं इन्हां नू तबाह कर नहीं आया, अल्लाह मैं दुआ करना वा इन्हां नू हदायत नसीब कर दे। अल्लाह ए नहीं ते इन्ना चो होन वाली औलाद अल्लाह जरूर तेनु मनन वाली बन जाएगी, अल्लाह जरूर तेनु मनन वाली बन जाएगी। दुनिया दे अंदर बसे वाले लोगो असी ते उस नबी दा कलमा पढ़िया वे जिन्हें अल्लाह उपर गालां भी कढ़ियां गईयां फिर भी कुरान सुनाया, असी ते उस सोने दा कलमा पढ़िया वे जिन्हें पत्थर भी मारे गए फिर भी अल्लाह दा कुरान सुनाया है। इस वास्ते दुनिया वालियां दियां गल्लां नहीं सुननियां, अगर किसी नाल नाराज हो ते अल्लाह दी रज़ा वास्ते सुलह कर लवो। अपने माशरे अंदर नजर ते मारो ना, बाप अपने बेटे नु नहीं बुलांदा, मां अपनी बेटी नु नहीं बुलांदी, दोस्त अपने दोस्त नु नहीं बुलांदा। मुसलमानों तवज्जो फरमाया दे बंदा अपने पैसे ते मान करदा है, अपनी दौलत ते मान करदा वे, अपनी इज्जत ते मान करदा है। अगर कोई अगर अल्लाह पर गरीब हमसाया होवे उन्हें चंगा नहीं समझदा, ओदे नाल झगड़ा करदा लड़ाई करदा वे क्योंकि ओदे कोले पैसा नहीं है, ओदे कोले दौलत नहीं है, ओदे कोले इज्जत नहीं है। मुसलमान किस इज्जत ते मान कर दे, किस दौलत ते मान कर दे, कदे मंजर तकिया नहीं है। जो बंदे ते आखरी वक्त आंदा वे वो अल्लाह पर साई ते आए घड़ी भी ला लेंदे ने, अंगूठी भी ला लेंदे ने, एक चिट्ठा कफन तेरे अल्लाह पर जिसम ते तेनु पहना दिंदे ने, तेरी जेब अंदर जड़े पैसे हुंदे ने घर वाले कहिंदे ने ए भी कढ़ लवो अल्लाह दे घर अंदर पा दे आ जे, मस्जिद दे गले अंदर पा दे आ जे, यारो तेरी जेब अंदर पैसे वो भी तेरे नाल नहीं जान दिंदे। एक चिट्टा लिबास हुंदा वे जिद नाल अल्लाह पर जेबां भी नहीं हुंदियां, ये तेरी ते मेरी औकात है। किसे इज्जत ते मान करके मुसलमाना तो नफरत करना है, किस औरत ते मान करके मुसलमाना तो नफरत करना है। मुसलमानों अगर किसे ना नाराज हो इस गुनेगार तालिब इल्म दी इक्को तुहाडे अगे फरमाइश है अज जाके सुलह कर ले आ जे, किते इंज ना होवे तुसी मुसलमाना ना नाराज होवो, अपने मापिया ना नाराज होवो, अपने हमसाया ना नाराज होवो, अपने सजना ते यारा ना नाराज होवो। इधरों तुहाडी दो अल्लाह पर रूह परवास हो जावे तुसी दुनिया तो रुखसत हो जावो, अल्लाह नू केड़ा जवाब दवोगे अल्लाह असी जदों दुनिया तो आए सा असी मुसलमान भाई ना नाराज हो के आए सा। अल्लाह नू की हिसाब दियोगे, अल्लाह दुनिया तो आए सा असी नाराज सा। अल्लाह कहेगा जे तुसी मेरे बंदियां ना नाराज हो के आए हो आज मैं तुहाडे ना नाराज, फिर की अगुथे करो। आज मौका है अल्लाह दी रज़ा वास्ते मुसलमान भाइयां ना सुलह कर लवो, राजी कर लवो, मना लवो उन्हां नू। नबी पाक ने फरमाया जड़ा सुलह करन अंदर पहल करदा है अल्लाह पाक उहदे सारे गुनाह माफ कर दिंदा।
दुआ करो अल्लाह सुलह करन दी तौफीक अता फरमाए। ये मौजू ते बड़ा लंबा सी, बड़ा तफसील नाम उसमें बयान करना चाहता सा, लेकिन मेरे अजीज दोस्त बुजुर्गो जिन्ना अल्लाह ने बयान करवा रहे ये अल्लाह की रहमत है। मैनू तो नहीं लगता सी कि मेरे को इन्ना भी बयान हो जाएगा, लेकिन अल्लाह की रहमत है, अल्लाह पाक ने तौफीक अता की है कि चंद गल्लां तुहाडे सामने बयान हो गई ने। मैं दुआ करना अल्लाह दे ते अमल की तौफीक अता फरमाए। नबी पाक की दुआ के मुतलक मैं चार गल्लां समझाइया। पहले नंबर ते नबी पाक ने दुआ अंदर अल्लाह को रहमत का सवाल किया है, तेरी मेरी खातर नबी पाक दी उम्मत दे बारे फिक्र किन्नी सी, नबी पाक की दुआ अंदर बरकत की है, ते फिर कुछ अमल दसे ने जेडे अमल मैं या तुसी करोगे नबी पाक की दुआ के मुसहिक बन जाओगे। मुसलमानों किस नबी की दुआ लैनी है, जिस नबी का उठना भी आल है, बैठना भी आल है, खाना भी आल है, तो बोलो पीना भी, नमाज भी आल है, रोजा भी आल है, जकात भी आल है, हज भी आल है, ते अल्लाह दी राह अंदर मुसलमानों जिहाद करना भी, अखलाक भी मेरे पैगंबर दा, हर चीज पाक दी आला है। जेड़े कहिंदे ने कि ओ नबी आखरी नहीं सी, कसम खुदा दी इस जहान भी बर्बाद होणगे, अगले जहान भी बर्बाद होणगे, मेरे पैगंबर दी असमत दा झंडा इस दुनिया अंदर भी बुलंद है, कयामत वाले दिन भी अल्लाह दी अदालत अंदर बोलो बुलंद होएगा। ओ साडा नबी सानू सब नालो प्यारा, ते जिन्नू सारा जग जानदा है, साडा नबी बिना हुण होना नहीं गुजारा, ते जिन्नू सारा जग जानदा है, हदीसा सोने नबी दिया राज राज पढ़ांगा, तौहीद लई मैं जीवांगा, तौहीद लई मैं मरांगा, तौहीदो सुन्नत बिना हुण होना नहीं गुजारा, ते जिन्नू सारा जग जानदा है, खत्मे नबुवत दा ताज लेके आए ने, तोहफा मीराज ते नमाज लेके आए ने, फलका उत्ते गया, फलका उत्ते गया नबियां दा प्यारा, ते जिन्नू सारा जग जानदा है, मिनाते अल्लाह दा बड़ा एह सामने, कोलो नहीं मैं कहिंदा कहिंदा रब दा कुराने, मोमिना ते अल्लाह दा बड़ा एहसान है, कोलो नहीं मैं कहिंदा कहिंदा रब दा कुरान ने, अल्लाह पाक दा एहसान बड़ा पारा, ते जिन्नों सारा जग जानदा है, साडा नबी सामनों सब नालो प्यारा, ते जिन्नों सारा जग जानदा है, आलम नशराह लोगो सीना साडे पीर दा, फिर क्या दे? अलम नश राह लोगो सीना साडे पीर दा, वाद कस तूरियों पसीना साडे पीर दा, खुल के अजीम लोगो, खुल के अजीम लोगो कुरान ज सारा, ते जिन्नों सारा जग जान उस्मान उत्ते अल्लाह दा बड़ा एहसान, दिन राती पढ़दा हदीस ते कुरान ने, इम्तियाज उत्ते अल्लाह दा बड़ा एहसान, दिन राती पढ़
ਦਾ ਹਦੀਸ ਤੇ ਕੁਰਾਨ ਨੇ ਕੁਰਾਨ ਨੂੰ ਹਦੀਸ ਬਿਨਾ ਹੁਣ ਹੋਣਾ ਨਹੀਂ ਗੁਜ਼ਾਰਾ ਕੁਰਾਨ ਨੂੰ ਹਦੀਸ ਬਿਨਾ ਹੁਣ ਹੋਣਾ ਨਹੀਂ ਗੁਜ਼ਾਰਾ ਤੇ ਜਿਨੂੰ ਸਾਰਾ ਜੱਗ ਜਾਣਦਾ ਏ ਸਾਡਾ ਨਬੀ ਸਾਨੂੰ ਸਭ ਨਾਲੋਂ ਪਿਆਰਾ ਤੇ ਜਿਨੂੰ ਸਾਰਾ ਜੱਗ ਜਾਣਦਾ ਏ ਅੱਲਾ ਦੇ ਹਜ਼ੂਰ ਦੁਆ ਏ ਜੋ ਕੁਛ ਮੈਂ ਬਿਆਨ ਕੀਤਾ ਅੱਲਾ ਉਹਦੇ 'ਤੇ ਅਮਲ ਦੀ ਤੋਫੀਕ ਅਤਾ ਫਰਮਾਏ ਇਹਨਾਂ ਸਾਥੀਆਂ ਨੇ ਇਸ ਪ੍ਰੋਗਰਾਮ ਨੂੰ ਸਜਾਇਆ ਇਹਦੇ ਅੰਦਰ ਜੋ ਵੀ ਕੋਸ਼ਿਸ਼ ਕਾਵਜ਼ ਕੀਤੀ ਹੈ ਮਿਹਨਤ ਕੀਤੀ ਹੈ ਅੱਲਾ ਪਾਕ ਤਮਾਮ ਭਾਈਆਂ ਦੀ ਦੁਨੀਆ ਵੀ ਸੋਹਣੀ ਬਣਾਏ ਅੱਲਾ ਆਖਰਤ ਵੀ ਸੋਹਣੀ ਬਣਾਏ ਨਮਾਜ਼ਾਂ ਪੜ੍ਹ ਕੇ ਤਾਮਰ ਕਰਕੇ ਇਸ ਅੱਲਾ ਦੇ ਘਰ ਨੂੰ ਆਬਾਦ ਕਰ ਰਹੇ ਹੋ ਅੱਲਾ ਪਾਕ ਤੁਹਾਨੂੰ ਇਸ ਦੁਨੀਆ ਅੰਦਰ ਵੀ ਆਬਾਦ ਫਰਮਾਏ ਅਗਲੇ ਜਹਾਨ ਵੀ ਆਬਾਦ ਫਰਮਾਏ ਜਿਹੜੇ ਭਾਈ ਯੂਟਿਊਬ ਨੈੱਟ ਚਲਾਉਂਦੇ ਨੇ ਉਹਨਾਂ ਅੱਗੇ ਫਰਮਾਇਸ਼ ਹੈ ਕਿ ਤੁਸੀਂ ਨਾ ਜ਼ਰੂਰ ਇਸ਼ਫਾਕ ਇਸਲਾਮਕ ਰਿਸਰਚ ਸੈਂਟਰ ਯੂਟਿਊਬ 'ਤੇ ਲਿਖਣਾ ਹੈ ਅਤੇ ਇਨਸ਼ਾਅੱਲਾ ਆਲਮੇ ਦੀਨਾਂ ਦੇ ਬਿਆਨ ਤਲਾਵਤਾਂ ਨਾਤਾਂ ਇਨਸ਼ਾਅੱਲਾ ਤੁਹਾਨੂੰ ਮਿਲ ਜਾਣੀਆਂ ਚੈਨਲ ਵੀ ਤੁਸੀਂ ਸਬਸਕ੍ਰਾਈਬ ਕਰਨਾ ਹੈ ਅਤੇ ਇਨਸ਼ਾਅੱਲਾ ਨਵੇਂ ਨਵੇਂ ਬਿਆਨ ਜੋ ਮੁਲਕੇ ਪਾਕਿਸਤਾਨ ਅੰਦਰ ਭਾਈ ਇਸ਼ਫਾਕ ਰਿਕਾਰਡ ਕਰਕੇ ਲੈ ਕੇ ਆਉਂਦੇ ਨੇ ਆਪਣੇ ਚੈਨਲ 'ਤੇ ਚਾੜ੍ਹਦੇ ਨੇ ਤੁਸੀਂ ਉਸ ਚੈਨਲ ਨੂੰ ਚੈੱਕ ਕਰੋਗੇ ਇਨਸ਼ਾਅੱਲਾ ਤੁਹਾਨੂੰ ਮੁਖਤਲਿਫ ਆਲਮੇ ਦੀਨਾਂ ਦੇ ਬਿਆਨ ਮਿਲਣਗੇ ਮੈਂ ਅੱਲਾ ਦੇ ਹਜ਼ੂਰ ਦੁਆ ਕਰਨਾ ਅੱਲਾ ਸਾਨੂੰ ਬਿਆਨ ਸਿਰਫ ਆਪਣੀ ਇਸਲਾਮ ਵਾਸਤੇ ਸੁਣਨ ਦੀ ਤੋਫੀਕ ਅਤਾ ਫਰਮਾਏ ਅੱਲਾ ਸਾਨੂੰ ਅਮਲ ਦੀ ਵੀ ਤੋਫੀਕ ਅਤਾ ਫਰਮਾਏ ਵਮਾ ਅਲੈਨਾ ਇਲਲ ਬਲਾਗੁਲ ਮੁਬੀਨ اللهم صل على محمد وعلى آل محمد كما صليت على إبراهيم وعلى آل إبراهيم إنك حميد مجيد اللهم بارك على محمد وعلى آل محمد كما باركت على إبراهيم وعلى آل إبراهيم إنك حميد مجيد ربنا ظلمنا أنفسنا وإن لم تغفر لنا وترحمنا لنكونن من الخاسرين لا إله إلا أنت سبحانك إني كنت من الظالمين يا حي يا قيوم برحمتك استغيث يا حي يا قيوم برحمتك نستغيث اللہ مقروضاں دے قرضے دور فرما اللہ پریشان حالاں دی پریشانی دور فرما اللہ دکھیاں دے دکھ دور فرما اللہ بیماراں نوں شفا کاملہ عادلہ عطا فرما اللہ کراں اندر ہسپتال اندر جتھے کتے مسلمان بیمار اے اللہ تیری رحمت نال شفا کاملہ عادلہ عطا فرما ਅੱਲਾ ਦੁਨੀਆ ਤੇ ਦਵਾਖਾਨੇ ਬੜੇ ਨੇ ਸ਼ਿਫਾ ਖਾਨਾ ਤੇਰੇ ਕੋਲ ਅੱਲਾ ਤੇਰੀ ਰਹਿਮਤ ਨਾਲ ਸ਼ਿਫਾਏ ਕਾਮਲਾ ਆਦਲਾ ਤਾ ਫਰਮਾ ਅੱਲਾ ਜਿਹੜੇ ਔਲਾਦ ਵਾਲੀ ਨਿਮਤ ਕੋਲੋਂ ਤਰਸੇ ਨੇ ਨੇਕ ਦੁਨੀਆ ਔਲਾਦ ਅਤਾ ਫਰਮਾ ਅੱਲਾ ਜਿਹੜੇ ਸੁਨੀਆ ਫਾਨੀ ਨੂੰ ਛੱਡ ਕਰਕੇ ਆ ਗਏ ਅੱਲਾ ਸਗੀਰਾ ਕਬੀਰਾ ਗੁਨਾਹਾਂ ਨੂੰ ਮਾਫ ਫਰਮਾ ਕਾਇਨਾਤ ਦੇ ਰੱਬਾ ਮੁਲਕੇ ਪਾਕਿਸਤਾਨ ਦੀ ਹਿਫਾਜ਼ਤ ਫਰਮਾ ਇਸਲਾਮ ਦਾ ਬੋਲਬਾਲਾ ਫਰਮਾ ਹਾਸਦੀਨ ਦੇ ਹਸਦ ਤੋਂ ਮਹਫੂਜ਼ ਫਰਮਾ ਅੱਲਾ ਸ਼ਰੀਰਾਂ ਦੇ ਸ਼ਰ ਤੋਂ ਮਹਫੂਜ਼ ਫਰਮਾ ਅੱਲਾ ਜ਼ਾਲਿਮਾਂ ਦੇ ਜ਼ੁਲਮ ਤੋਂ ਮਹਫੂਜ਼ ਫਰਮਾ ਕਾਇਨਾਤ ਦੇ ਰੱਬਾ ਮਜ਼ਲੂਮ ਮੁਸਲਮਾਨਾਂ ਦੀ ਮਦਦ ਫਰਮਾ ਅੱਲਾ ਕਸ਼ਮੀਰ ਅੰਦਰ ਮੁਸਲਮਾਨਾਂ 'ਤੇ ਬੜਾ ਜ਼ੁਲਮ ਹੋ ਰਿਹਾ ਏ ਅੱਲਾ ਸੋਹਣਿਆ ਮੈਂ ਤੇਰੇ ਹਜ਼ੂਰ ਦੁਆ ਕਰਨਾ ਵਾਂ ਅੱਲਾ ਮਜ਼ਲੂਮ ਮੁਸਲਮਾਨਾਂ ਦੀ ਮਦਦ ਫਰਮਾ ਅੱਲਾ ਸੋਹਣਿਆ ਜਿਹੜੇ ਲੋਕ ਨਮਾਜ਼ਾਂ ਪੜ੍ਹ ਕੇ ਤਾਮਨ ਕਰਕੇ ਅੱਲਾ ਇਸ ਘਰ ਨੂੰ ਆਬਾਦ ਕਰ ਰਹੇ ਨੇ ਅੱਲਾ ਉਹਨਾਂ ਦੇ ਘਰਾਂ ਨੂੰ ਆਬਾਦ ਫਰਮਾ ਅੱਲਾ ਜਿਹੜੇ ਲੋਕ ਮੁਹੱਬਤ ਪਿਆਰ ਕਰਕੇ ਮਦਰਸਾ ਚਲਾ ਰਹੇ ਨੇ ਅੱਲਾ ਮੈਂ ਤੇਰੇ ਹਜ਼ੂਰ ਦੁਆ ਕਰਨਾ ਅੱਲਾ ਉਹਨਾਂ ਦੀ ਦੁਨੀਆ ਵੀ ਸੋਹਣੀ ਬਣਾ ਅੱਲਾ ਉਹਨਾਂ ਦੀ ਆਖਰਤ ਵੀ ਸੋਹਣੀ ਬਣਾ ਕਾਇਨਾਤ ਦੇ ਰੱਬਾ ਪਹਿਲੀ ਮਰਤਬਾ ਅੱਲਾ ਇਸ ਮਸੰਦਰ ਆਉਣ ਦਾ ਮੌਕਾ ਨਸੀਬ ਹੋਇਆ ਏ ਅੱਲਾ ਸੋਹਣਿਆ ਤੇਰੀ ਖਾਸ ਰਹਿਮਤ ਨਾਲ ਤੇਰੀ ਖਾਸ ਅਤਾ ਨਾਲ ਅੱਲਾ ਸੋਹਣਿਆ ਮੈਂ ਦੁਆ ਕਰਦਾ ਮੇਰਾ ਆਉਣਾ ਆਪਣੀ ਬਾਰਗਾਹ ਅੰਦਰ ਕਬੂਲੋ ਮਨਸੂਰ ਫਰਮਾ ਅੱਲਾ ਚਾਚਾ ਜੀ ਇਮਤਿਆਜ਼ ਸਾਹਿਬ ਦੀ ਮੁਹੱਬਤ ਔਰ ਪਿਆਰ ਆਪਣੀ ਬਾਰਗਾਹ ਅੰਦਰ ਕਬੂਲੋ ਮਨਸੂਰ ਫਰਮਾ ਅੱਲਾ ਬੜਾ ਖਲੂਸ ਬੜੀ ਮੁਹੱਬਤ ਬੜਾ ਪਿਆਰ ਬੜਾ ਅਖਲਾਕ ਅੱਲਾ ਏ ਗੁਨਹਗਾਰ ਤਾਲਬਿਲਮ ਤੇਰੇ ਹਜ਼ੂਰ ਦੁਆ ਪਿਆ ਕਰਦਾ ਏ ਅੱਲਾ ਇਸ ਖਲੂਸ ਨੂੰ ਆਪਣੀ ਬਾਰਗਾਹ ਅੰਦਰ ਕਬੂਲੋ ਮਨਸੂਰ ਫਰਮਾ ਅੱਲਾ ਸੋਹਣਿਆ ਇਹ ਜਿੰਨੇ ਸਾਥੀ ਆਏ ਨੇ ਮੇਰੀਆਂ ਮਾਵਾਂ ਬਹਿਣਾਂ ਆਈਆਂ ਨੇ ਅੱਲਾ ਸੋਹਣਿਆ ਇਹਨਾਂ ਅੰਦਰ ਕੋਈ ਦੁਖੀ ਬੈਠਾ ਹੈ ਤੇ ਦੁੱਖ ਦੂਰ ਕਰ ਦੇ ਅੱਲਾ ਕੋਈ ਪਰੇਸ਼ਾਨ ਬੈਠਾ ਹੈ ਤੇ ਪਰੇਸ਼ਾਨੀ ਦੂਰ ਕਰ ਦੇ ਅੱਲਾ ਕੋਈ ਮਕਰੂਸ ਬੈਠਾ ਤੇ ਕਰਜ਼ੇ ਦੂਰ ਕਰ ਦੇ ਅੱਲਾ ਸੋਹਣਿਆ ਕੋਈ ਔਲਾਦ ਦੇ ਬਾਰੇ ਅੰਦਰ ਰਿਸ਼ਤਿਆਂ ਦੇ ਮਾਮਲੇ ਅੰਦਰ ਪਰੇਸ਼ਾਨੀ ਅੱਲਾ ਬਿਹਤਰ ਅਸਬਾਬ ਪੈਦਾ ਫਰਮਾ ਦੇ ਅੱਲਾ ਬਿਹਤਰ ਅਸਬਾਬ
اسباب پیدا فرما دے اللہ جڑے ساتھی پریشانے پریشانیاں دور فرما دے اللہ سونے ایک بھائی نے مینوں دعا دا آکھیا اے اللہ اگرے لو معاملے اندر بڑا پریشان اے میں تیرے حضور دعا کرنا اللہ اس بھائی دی پریشانی دور فرما اللہ دے گھر دے معاملات آسان فرما اللہ گھر دے معاملات آسان فرما اللہ بھائی اشفاق دیاں محنت محبت اپنی بارگاہ اندر قبول فرما اللہ محنت خلوص اللہ اپنی بارگاہ اندر قبول و منظور فرما اللہ زیادہ تو زیادہ دین دا کام کرن دی توفیق عطا فرما کائنات دے ربا میری حاضری تمام احباب دی تشریف آوری اللہ اپنی بارگاہ اندر قبول و منظور فرما اللہ میری زبان نو میرے دل نو قرآن واسے پسند فرما لے اللہ قرآن واسے پسند فرما لے اپنے سونے نبی دے فرمان واسے پسند فرما لے اللہ سونیاں میریاں بہناں ایتھے اللہ ترجمہ پڑھ رہیاں نے قرآن یاد کر رہیاں نے تیرے سونے نبی دا فرمان پڑھ رہیاں نے میں دعا کرنا اللہ میریاں بہناں نو کامیاب فرما اللہ بہناں نو کامیاب فرما اللہ جو دین دا سبق پڑھن سکھن اللہ عمل بھی کرن اگے پھیلام دی بھی توفیق عطا فرما اللہ اگے پھیلام دی توفیق عطا فرما اللہ جن نے احباب آئے نے میں کلے کلے دا نام تے نہیں جاندا اللہ تو سب نو جاننا اے اے گنہگار طالب علم مسافر تیرے حضور دعا پیا کر دے اللہ سونیا جو بھی نیک تمنا آرزو لے کے آئے نے اللہ اپنی رحمت نہ پوریاں فرما اللہ اپنی رحمت نہ پوریاں فرما اللہ اللہ ربی لا اشرک بہ شیئا لا الہ الا اللہ الحلیم الکریم سبحان اللہ رب العرش العظیم والحمد للہ رب العالمین لا الہ الا اللہ الحلیم الکریم سبحان اللہ رب العرش العظیم والحمد للہ رب العالمین اللہ سونیا میری ماں جی دی قبر نور نال منور فرما اللہ میری ماں جی دی قبر نور نال منور فرما اللہ میرا قرآن پڑھنا تیرے سونے نبی دا فرمان پڑھنا میری ماں جی دے واسطے صدقہ جاریہ بنا وقر رب ارحمہما کما ربیانی صغیرا اللہ جنہ دے ماپے زندہ نے اللہ قدر کرم دی توفیق عطا فرما اللہ جنہ دے دنیا ترخصت ہو گئے اللہ جنت اندر اعلی مقام عطا فرما اللہ ماپیاں دی نعمتی وکھری بنائیے اللہ ماپیاں دی نعمتی انہاں دا پیار ہی وکھرا بنا آئے اللہ سونیا میں دعا کرنا میری ماں جی دی قبر نو نور نال منور فرما کائنات رب اسی گنہگار بنے آسیاں کار بنے اللہ سڑے گناواں نو معاف فرما اللہ چنگے ہیا مندے ہے تا تیرے بندے اللہ سڑے گناواں نو معاف فرما جنہ ساتھیاں نے اس پروگرام نو سجایا ہے اے دے اندر جو بھی کوشش کاوش کیتی محنت کیتی اللہ اپنی بارگاہ اندر قبول و منظور منظور فرما اللہ اپنی بارگاہ اندر قبول و منظور فرما اللہم انی اعوذ بک من زوال نعمتک و تحول عافیتک و فجاءت نقمتک و جمیع سخطک سبحان ربک رب العزت عما یصفون و سلام علی المرسلین والحمد للہ رب العالمین